ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ ਮੇਰੇ ਸ਼ਹਿਰ ਦਾ ਵਿੱਚ? ਤੁਹਾਡਾ ਸਵਾਗਤ ਹੈ। ਇਹ ਜਿਹੜੀ ਜਗ੍ਹਾ 'ਤੇ ਮੈਂ ਖੜ੍ਹਾ, ਇਹ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਹੈ, ਕਿਉਂਕਿ ਬੈਕਗਰਾਊਂਡ 'ਤੇ ਤੁਹਾਨੂੰ ਉਹ ਦਿਖ ਰਿਹਾ ਹੈ, ਮੇਲਾ ਪੀਰ ਬਾਬਾ ਸੁਰਖਪੀਰ ਦੀ ਜਿਹੜੀ ਫਲੈਕਸ ਲੱਗੀ ਹੋਈ ਹੈ, ਜਾਂ ਉਹ ਇੱਕ ਉੱਥੇ ਮਜ਼ਾਰ ਬਣੀ ਹੋਈ ਹੈ, ਉਹ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਇਸ ਫਰੇਮ ਦੇ ਵਿੱਚ। ਇਸ ਕੈਮਰੇ ਦੇ ਫਰੇਮ 'ਚ ਤੁਸੀਂ ਆਹ ਕੇਲਿਆਂ ਵਾਲਾ ਜਿਹੜਾ ਹੈਂਡੀਕੈਪ ਹੈ, ਇਹਦੇ ਮੁੰਡੇ ਦੀਆਂ ਵਿਚਾਰੀ ਦੀਆਂ ਲੱਤਾਂ ਹੈਣੀ, ਇਹਨੂੰ ਵੀ ਪਹਿਲਾਂ ਦੇਖਿਆ ਹੋਣਾ। ਇਹ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਰੋਜ਼ ਇੱਥੇ ਦੇ ਭਰਾ ਇਹਨੂੰ ਛੱਡ ਜਾਂਦੇ ਨੇ, ਇਹ ਕੇਲਿਆਂ ਦੀ ਰੇਹੜੀ ਲਾਉਂਦਾ ਅਤੇ ਆਪਣਾ ਕੰਮ ਕਾਰ ਚਲਾਉਂਦਾ। ਇਸ ਫਰੇਮ ਦੇ ਵਿੱਚ ਤੁਸੀਂ ਪਹਿਲਾਂ ਇਹ ਕੂੜਾ ਵੀ ਦੇਖਿਆ ਹੋਣਾ। ਇੱਕ ਮਹੀਨਾ ਸ਼ਾਇਦ ਹੋ ਗਿਆ ਮੈਨੂੰ, ਇੱਕ ਮਹੀਨਾ ਪਹਿਲਾਂ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਇੱਕ ਵਾਰੀ ਫਿਰ ਇਹ ਫਰੇਮ ਹੈ ਜਿਹੜਾ, ਬਠਿੰਡਾ ਵਾਸੀਆਂ ਨੂੰ ਦਿਖਾ ਦਿਓ, ਬਠਿੰਡਾ ਦੇ ਸ਼ਹਿਰੀਆਂ ਨੂੰ ਦਿਖਾ ਦਿਓ, ਸੰਬੰਧਿਤ ਮਹਿਕਮਿਆਂ ਨੂੰ ਦਿਖਾ ਦਿਓ ਕਿ ਅਸੀਂ ਦਮ ਭਰ ਰਹੇ ਹਾਂ ਇਸ ਟਾਈਮ, ਬੜੇ ਖੁਸ਼ ਹਾਂ ਕਿ ਸਵੱਛਤਾ ਦਾ ਜਿਹੜਾ ਅਭਿਆਨ ਚੱਲਿਆ ਹੋਇਆ, ਸਵੱਛ ਭਾਰਤ ਅਭਿਆਨ, ਉਹਦੇ 'ਚ ਅਸੀਂ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਆਏ ਹਾਂ। ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਇਹਨਾਂ ਗੱਲਾਂ ਕਾਰਨ, ਅਸੀਂ ਮੈਨੂੰ ਲੱਗਦਾ ਪਹਿਲੇ ਨੰਬਰ 'ਤੇ ਆਏ ਹਾਂ। ਇੱਕ ਮਹੀਨਾ ਪਹਿਲਾਂ ਮੈਂ ਇਹ ਚੀਜ਼ ਦਿਖਾਈ ਸੀ, ਉਵੇਂ ਦੀ ਤਿਉਂ ਦੀ ਤਿਉਂ ਉਹ ਉਵੇਂ ਹੀ ਹੈ, ਕੋਈ ਫਰਕ ਨਹੀਂ ਪਿਆ। ਪਰ ਚਲੋ, ਅਸੀਂ ਜਿਹੜੀ ਡਫਲੀ ਫੜੀ ਹੈ ਉਹ ਦੇਖੋ ਅਸੀਂ ਵਜਾਈ ਜਾਣੀ ਹੈ, ਦੇਖਦੇ ਹਾਂ ਕਦੋਂ ਤੱਕ ਇਸ ਡਫਲੀ ਦਾ ਜਿਹੜਾ ਆ ਅਸਰ ਨਹੀਂ ਹੁੰਦਾ। ਗੱਲਾਂ ਅਸੀਂ ਬਹੁਤ ਵੱਡੀਆਂ ਕਰਦੇ ਹਾਂ, ਦੇਖ ਲਓ ਤੁਸੀਂ, ਇਹ ਇੱਥੋਂ ਤੱਕ ਆਲਮ ਹੈ ਕਿ ਇਹ ਕੂੜਾ ਇੱਥੋਂ ਚੱਕਿਆ ਨਹੀਂ ਗਿਆ, ਉਹ ਐਡਾ ਗੰਦਾ ਹੋ ਚੁੱਕਿਆ, ਐਡਾ ਮਤਲਬ ਬੁਰਾ ਹਾਲ ਤੋਂ ਗਾਲੀ ਗਿਆ। ਇਹ ਹਾਲ ਹੈ ਇੱਥੇ ਕਿ ਤੁਸੀਂ ਦੇਖ ਹੀ ਰਹੇ ਹੋ। ਆਹ ਵਿਚਾਰਾ ਹੁਣ ਉੱਥੇ ਉਹੀ ਗੱਲ ਹੈ, ਪਿਛਲੀ ਵਾਰੀ ਵੀ ਮੈਂ ਇਹਦੇ ਨਾਲ ਗੱਲ ਕੀਤੀ ਸੀ, ਅੱਜ ਮੈਂ ਫਿਰ ਗੱਲਬਾਤ ਕਰਦਾ, ਕੋਈ ਅਸਰ ਪਿਆ? ਜਿਹੜਾ ਆਪਾਂ ਇੱਥੇ ਪਹਿਲਾਂ ਐਪੀਸੋਡ ਦਿਖਾਇਆ ਸੀ, ਕੇਲੇ ਫਿਰ ਵਿਚਾਲੇ ਆ ਜਾਣੇ ਆ ਕੈਮਰੇ ਦੇ ਫਰੇਮ 'ਚ, ਆ ਰਹੇ ਕੇਲੇ? ਉਹ ਨਹੀਂ, ਤੂੰ ਦੱਸ ਸਕੋ, ਤੈਨੂੰ ਡਰ ਲੱਗਦਾ? ਅੱਛਾ, ਇਹ ਕਹਿੰਦਾ ਮੈਨੂੰ ਨਾ ਪੁੱਛੋ, ਗੰਦ 'ਚ ਬਹਿਣਾ ਮਨਜ਼ੂਰ ਹੈ ਪਰ ਮੈਨੂੰ ਪੁੱਛੋ ਨਾ ਤੁਸੀਂ। ਚਲੋ ਭਰਾਵਾ, ਤੇਰੀ ਮਜਬੂਰੀ ਹੈ, ਆਪਾਂ ਕੀ ਕਰ ਸਕਦੇ ਹਾਂ, ਪਰ ਇੱਥੋਂ ਗੰਦ ਚੱਕਣਾ ਬਹੁਤ ਜ਼ਰੂਰੀ ਹੈ। ਹੁਣ ਗੰਦ ਦੇ ਵਿੱਚ ਢੱਠਾ ਮੂੰਹ ਮਾਰ ਰਿਹਾ, ਪਿੱਛੋਂ ਇੱਕ ਹੋਰ, ਆਹ ਲਓ ਜੀ ਪੈਰ ਵੀ ਵੱਜ ਰਹੇ ਆ, ਅਤੇ ਇਹ ਹਾਲ ਹੈ ਇਹ ਕੂੜਾ। ਹੁਣ ਜਦੋਂ ਇਹਨੇ ਪੈਰ ਦੇ ਨਾਲ ਸੁੱਟਣਾ, ਆਸੇ ਪਾਸੇ ਜਾਣਾ, ਨਾ ਤਾਂ ਇਹਦੇ ਕੋਲ ਕੋਈ ਗਾਹਕ ਆਉਣਾ, ਇਹਦੀ ਗੱਲ ਛੱਡੋ। ਇਹ ਜਿਹੜੇ ਹੁਣ ਆਟੋ ਵਾਲੇ ਨੇ, ਇਹ ਇੱਥੇ ਖੜ੍ਹਦੇ ਨੇ ਵਿਚਾਰੇ, ਹੁਣ ਇਹਨਾਂ ਕੋਲ ਸਵਾਰੀ ਨੇ ਕਿੱਥੋਂ ਬਹਿਣਾ ਤੁਸੀਂ ਮੈਨੂੰ ਦੱਸੋ? ਗੰਦ ਦੇ ਵਿੱਚੋਂ ਇਹ ਆਟੋ ਵਾਲੇ ਵੀ ਇੱਥੇ ਬਹਿ ਕੇ ਪਤਾ ਨਹੀਂ ਸਵਾਰੀਆਂ ਦਾ ਕਿੱਦਾਂ ਇੰਤਜ਼ਾਰ ਕਰਦੇ ਨੇ। ਮੈਨੂੰ ਲੱਗਦਾ ਇੱਕ ਮੇਰੇ ਵੀਰ ਨੇ ਵਰਦੀ ਪਾਈ ਹੋਈ ਹੈ, ਲੱਗਦਾ ਮੈਨੂੰ ਆਟੋ ਵਾਲਾ ਹੀ ਹੈ। ਆ ਜਾ ਵੀਰ, ਆਪਾਂ ਗੱਲ ਕਰੀਏ, ਕੈਮਰੇ ਦੇ ਸਾਹਮਣੇ ਹੋ ਜਾ। ਕੀ ਨਾਮ ਹੈ ਤੇਰਾ? ਮਹਾਦੇਵ। ਮਹਾਦੇਵ, ਆਪਾਂ ਆਟੋ ਚਲਾਉਂਦੇ ਹਾਂ? ਹਾਂਜੀ। ਇੱਥੇ ਹੀ ਖੜ੍ਹਦੇ ਹਾਂ? ਇੱਥੇ ਖੜ੍ਹਦੇ ਹਾਂ। ਕਿੰਨੀ ਦੇਰ ਤੋਂ? 3 ਸਾਲ ਤੋਂ। ਆਪਾਂ ਗੰਦ 'ਚ ਹੀ ਖੜ੍ਹੇ ਰਹਿੰਦੇ? ਗੰਦ ਚੱਕਿਆ ਜਾਂਦਾ ਮਤਲਬ 11 ਵਜੇ ਤੱਕ ਚੱਕ ਲੈਣਗੇ, ਉਹ ਤੋਂ ਪਹਿਲਾਂ ਇੱਥੇ ਪਿਆ ਹੁੰਦਾ ਹੈ। ਇੱਥੇ ਹੀ ਪਿਆ ਹੁੰਦਾ? ਤੁਸੀਂ ਕਿੰਨੇ ਵਜੇ ਆਏ ਨੇ? ਅਜੇ ਤਾਂ 7 ਵਜੇ ਆ ਜਾਂਦੇ ਸਵੇਰੇ। ਅੱਛਾ, ਅਤੇ ਸਾਨੂੰ ਇੱਥੇ ਸਵਾਰੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਖੜ੍ਹ ਕੇ। ਅਤੇ ਸਵਾਰੀਆਂ ਆਰਾਮ ਨਾਲ ਬਹਿ ਜਾਂਦੀਆਂ ਗੰਦ 'ਚ? ਬਸ ਕਈ ਟੱਪ ਵੀ ਜਾਂਦੀਆਂ, ਕਈ ਬਹਿ ਜਾਂਦੀਆਂ। ਕਈ ਬਹਿ ਜਾਂਦੇ ਜਿਹਨਾਂ ਦੀ ਮਜਬੂਰੀ ਹੁੰਦੀ ਹੈ, ਬਹਿ ਜਾਂਦੀਆਂ ਨਹੀਂ, ਟੱਪ ਜਾਂਦੀਆਂ ਗਾਹ। ਤੁਹਾਡੀ ਇਹ ਮਜਬੂਰੀ ਵੀ ਤੁਹਾਨੂੰ ਇੱਥੋਂ ਸਵਾਰੀ ਮਿਲਦੀ ਹੈ? ਸਾਨੂੰ ਤਾਂ ਮਜਬੂਰੀ ਹੈ, ਸਵਾਰੀ ਇੱਧਰੋਂ ਆਉਂਦੀ ਹੈ ਅਮਰਪੁਰੇ 'ਚੋਂ, ਅਤੇ ਇੱਥੇ ਮਤਲਬ ਫਾਟਕ ਬੰਦ ਹੋਣ ਕਰਕੇ ਇੱਥੇ ਟੱਪ ਕੇ ਬਹਿ ਜਾਂਦੀ ਹੈ। ਅਤੇ ਆਹ ਜਿਹੜੇ ਆਵਾਰਾ ਪਸ਼ੂ ਤੁਰੇ ਫਿਰਦੇ ਨੇ, ਇਹ ਸਭ ਸਾਡੇ ਟੈਂਪੋ ਦੇ ਵਿੱਚ ਵੱਜਦੇ ਰਹਿੰਦੇ ਹੈਗੇ, ਕਈ ਵਾਰੀ ਨੁਕਸਾਨ ਵੀ ਕਰ ਜਾਂਦੇ ਹੈਗੇ, ਅਤੇ ਸਾਨੂੰ ਮਾਝੇ ਝੱਲਣਾ ਪੈਂਦਾ ਹੈਗਾ।
ਖਾਮਿਆਜ਼ਾ ਨੋ ਡਾਊਟ ਇਹਨਾਂ ਨੂੰ ਵੀ ਭੁਗਤਣਾ ਪੈਂਦਾ ਹੈ, ਜਿਵੇਂ ਸ਼ੀਸ਼ਾ ਤੋੜ ਜਾਂਦਾ ਕਈ ਵਾਰੀ, ਹੋਰ ਸਾਈਡ ਸੋਡ ਦੇ ਵੱਜ ਜਾਂਦੇ ਆ, ਲਾਈਟਾਂ ਭੱਜਦੇ ਜਿਵੇਂ ਲੜਦੇ ਆਪਸ, ਤਾਂ ਨੁਕਸਾਨ ਤਾਂ ਹੁੰਦਾ ਹੀ ਹੈ ਜੀ। ਦੇਖੋ ਇਹਨਾਂ ਨੇ ਇਹ ਗੱਲ ਕਹੀ ਹੈ ਵੀ 11 ਕੁ ਵਜੇ ਤੱਕ ਇਹ ਜਿਹੜਾ ਕੂੜਾ ਇੱਥੋਂ ਚੱਕਿਆ ਜਾਊਗਾ, ਪਰ ਜਨਾਬੇ ਵਾਲਾ ਇਹ ਕੂੜਾ ਅਸੀਂ ਓਪਨ 'ਚ ਰੱਖੀ ਕਿਉਂ? ਪਹਿਲੀ ਗੱਲ ਤਾਂ ਇਹ ਹੈ ਨਾ, ਠੀਕ ਹੈ ਤੁਸੀਂ ਚੁੱਕ ਕੇ ਲੈ ਜਾਓਗੇ, ਪਰ ਇਹਨੂੰ ਓਪਨ 'ਚ ਕਿਉਂ ਰੱਖਦੇ ਹੋ? ਇਹੀ ਜਗ੍ਹਾ ਤੁਹਾਨੂੰ ਇੱਥੇ ਮਿਲਦੀ ਹੈ ਜਿੱਥੋਂ ਮੋੜ ਹੈ, ਬਿਲਕੁਲ ਇੱਧਰ ਨੂੰ ਲੋਕਾਂ ਨੇ ਜਾਣਾ, ਪਰਲੇ ਪਾਸੇ ਲੋਕਾਂ ਨੇ ਜਾਣਾ, ਓਪਨ ਕੂੜਾ ਪਿਆ, ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ। ਕੀ ਹਾਲ ਹੈ ਮੇਰੇ ਸ਼ਹਿਰ ਦਾ ਉਹ ਮੈਂ ਤੁਹਾਨੂੰ ਦਿਖਾਉਂਦਾ ਆ ਰਿਹਾ। ਸਾਡੀ ਕੋਸ਼ਿਸ਼ ਕੀ ਹੈ ਕਿ ਯਾਰ ਸਾਡੇ ਸ਼ਹਿਰ ਦਾ ਨਾਮ ਸਵੱਛਤਾ ਵਾਲੇ ਪਾਸੇ ਜੇ ਇਕੱਲੇ ਕਾਗਜ਼ਾਂ 'ਚ ਆਇਆ ਤਾਂ ਉਹ ਯਾਰ ਹੋ ਵੀ ਜਾਵੇ ਸਵੱਛ, ਸਵੱਛ ਹੋਣਾ ਵੀ ਚਾਹੀਦਾ। ਤੁਹਾਨੂੰ ਮੈਂ ਇੱਕ ਹੋਰ ਦਿਖਾਉਂਦਾ, ਪਿਛਲੀ ਵਾਰੀ ਜਿਹੜਾ ਆ ਮੈਂ ਤੁਹਾਨੂੰ ਪੁਲ ਦੇ ਫਾਟਕ ਦੇ ਪਰਲੇ ਪਾਸੇ ਲੈ ਗਿਆ ਸੀ, ਅੱਜ ਤੁਹਾਨੂੰ ਮੈਂ ਦਿਖਾਉਂਦਾ ਆ ਸਾਹਮਣੇ ਇੱਧਰ ਜਿਹੜਾ ਏਰੀਆ ਜੀ ਇਹ ਆਵਾਬਸਤੀ ਬੋਲਦੇ ਸ਼ਾਇਦ ਇਹਨੂੰ, ਆਵਾਬਸਤੀ ਦੇ ਵਿੱਚ ਐਡਾ ਜ਼ਿਆਦਾ ਮੈਂ ਤੁਹਾਨੂੰ ਦਿਖਾਊਂਗਾ ਅੱਜ ਵੀ ਸੀਵਰੇਜ ਦੇ ਪਾਣੀ ਦਾ ਦਰਿਆ ਉਹ ਤੁਹਾਨੂੰ ਮੈਂ ਦਿਖਾਉਂਦਾ। ਇਹ ਹਾਲ ਹੈ ਮੇਰੇ ਸ਼ਹਿਰ ਦਾ, ਕੋਈ ਅਸਰ ਨਹੀਂ ਕਿਸੇ 'ਤੇ ਵੀ ਕਈ ਵਾਰੀ ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਪਤਾ ਨਹੀਂ ਲੱਗਦਾ ਯਾਰ, ਵੀ ਚਲੋ ਪਤਾ ਨਹੀਂ ਲੱਗਿਆ ਕਿੱਥੇ ਕਿੱਥੇ ਕੀ ਹੋ ਰਿਹਾ, ਪਰ ਜਦੋਂ ਅਸੀਂ ਦਿਖਾਉਂਦੇ ਹਾਂ ਪ੍ਰੋਗਰਾਮ, ਬੜੇ ਲੋਕ ਇਹ ਵੀ ਕਹਿੰਦੇ ਨੇ ਭਾਅ ਜੀ ਤੁਹਾਡਾ ਉਹ ਪ੍ਰੋਗਰਾਮ ਦੇਖਿਆ ਜੀ, ਬੜਾ ਵਧੀਆ ਲੱਗਿਆ ਤੁਸੀਂ ਸਵੱਛਤਾ ਦਿਖਾ ਰਹੇ ਹੋ। ਸੰਬੰਧਿਤ ਮਹਿਕਮਿਆਂ ਦੇ ਲੋਕ ਵੀ ਇਹ ਕਹਿੰਦੇ ਨੇ ਵੀ ਹਾਂ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ। 850 ਸਫਾਈ ਕਰਮਚਾਰੀ ਹੈ ਸਾਡੇ ਸ਼ਹਿਰ ਦੇ ਵਿੱਚ, ਅਤੇ ਇਹ ਹਾਲ ਹੈ ਸ਼ਹਿਰ ਦਾ। ਆ ਇੱਕ ਛੋਟਾ ਜਿਹਾ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਦਿਖਾ ਦੇਣ, ਸਿਰਫ ਇਸੇ ਨੂੰ ਨਹੀਂ ਪੂਰਿਆ ਜਾ ਰਿਹਾ, ਇਹ ਫਿਰ ਇੰਨਾ ਕੁ ਹੈ ਇਹਨੇ ਹੌਲੀ ਹੌਲੀ ਵੱਧ ਜਾਣਾ, ਹੌਲੀ ਹੌਲੀ ਵੱਧ ਜਾਣਾ। ਹੁਣ ਇੱਥੇ ਵੀ ਖੋਰ ਆਟੋ ਵਾਲੇ ਖੜ੍ਹੇ ਨੇ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਬਾਬੂ ਜੀ ਤੁਹਾਡਾ? ਹਾਂ ਜੀ ਗੁਰਨੈਲ ਸਿੰਘ। ਗੁਰਨੈਲ ਸਿੰਘ ਜੀ ਇੱਥੇ ਕਿੰਨੀ ਕੁ ਦੇਰ ਤੋਂ ਤੁਸੀਂ ਖੜ੍ਹਦੇ ਹੋ? ਇੱਥੇ ਰੋਜ਼ ਹੀ ਖੜ੍ਹਦੇ ਹਾਂ ਅਸੀਂ। ਰੋਜ਼ ਹੀ ਖੜ੍ਹਦੇ ਹੋ? ਹਾਂ ਜੀ। ਅਤੇ ਇੱਥੋਂ ਦੀ ਜਿਹੜੀ ਇਹ ਗੰਦਗੀ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਗੰਦਗੀ ਬਾਹਲੀ ਬੇਕਾਰ ਇੱਥੇ, ਇੱਧਰ ਕੈਮਰੇ ਵੱਲ ਮੂੰਹ ਕਰਕੇ ਜੀ, ਗੰਦਗੀ ਬਹੁਤ ਬੇਕਾਰ ਬਾਬਾ, ਬਹੁਤ ਬੁਰਾ ਹਾਲ। ਹਾਂ ਬਹੁਤ ਬੁਰਾ ਹਾਲ, ਇੱਥੇ ਖੜ੍ਹਦਾ ਮਨ ਹੀ ਨਹੀਂ ਕਰਦਾ ਇੱਥੇ, ਹੁਣ ਕੀ ਕਰੀਏ ਕਿੱਥੇ ਲਈਏ। ਅਤੇ ਹੁਣ ਅੱਜ ਮੈਂ ਛੋਟੇ ਛੋਟੇ ਟੋਏ ਜਏ ਨੇ ਇਹਨਾਂ, ਬਹੁਤ ਹੋਏ ਪਏ ਨੇ ਟੋਏ ਵੀ, ਜਗ੍ਹਾ 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 ਬਹੁਤ ਟੋਏ ਨੇ, ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਨਵੀਂ ਹੁਣ ਜਿਵੇਂ ਆਹ ਗੱਡੀ ਲਈ ਹੈ ਤੁਸੀਂ, ਅਤੇ ਇਹ ਮੈਨੂੰ ਲੱਗਦਾ ਲੋਨ 'ਤੇ ਲਈ ਹੋਣੀ? ਹਾਂ ਜੀ ਲੋਨ 'ਤੇ ਲਿੱਤੀ। ਹੁਣ ਬੰਦਾ ਕਿਸ਼ਤਾਂ ਲਾਊਗਾ, ਆ ਇਹਨਾਂ ਟੋਇਆਂ ਦੇ ਵਿੱਚ ਵੱਜਣੀਆਂ ਜਦੋਂ, ਅਤੇ ਇਹ ਟਾਇਰ ਵੀ ਜਿਹੜੇ ਖਰਾਬ ਹੋ ਸਕਦੇ ਆ, ਬੜਾ ਨੁਕਸਾਨ ਹੁੰਦਾ ਸਾਡਾ, ਬੜਾ ਨੁਕਸਾਨ ਹੁੰਦਾ, ਹੁਣ ਕੀ ਕਰੀਏ? ਹਾਂ ਉਹੀ ਹੈ ਨਾ, ਕੀ ਕਰਨ, ਨੁਕਸਾਨ ਹੁੰਦਾ ਜਦੋਂ ਇਹਨਾਂ ਟੋਇਆਂ 'ਚੋਂ ਗੱਡੀਆਂ ਵੱਜਣੀਆਂ। ਹਾਂਜੀ ਸੁਣਵਾਈ ਕੋਈ ਹੈ ਹੀ ਨਹੀਂ, ਸੁਣਵਾਈ ਹੈ ਹੀ ਨਹੀਂ, ਸੁਣਵਾਈ ਕੋਈ ਵੀ ਹੈ ਨਹੀਂ, ਕਰ ਕੀ ਸਕਦੇ ਹਾਂ। ਇੱਕ ਛੋਟਾ ਵੀਰ ਵੀ ਖੜਾ ਸਾਡੇ ਨਾਲ, ਮਾਤਾ ਜੀ ਦੇ ਨਾਲ ਨੇ, ਕੀ ਨਾਮ ਹੈ ਵੀਰ? ਬਲਵਿੰਦਰ ਸਿੰਘ ਸਰ ਜੀ। ਬਲਵਿੰਦਰ ਕਿੱਥੇ ਰਹਿੰਦੇ ਹੋ? ਨਾਲ ਹੀ ਰਹਿੰਦੇ ਹਾਂ ਸਰ, ਜਾ ਕੇ ਅੱਗੇ। ਅੱਛਾ ਹਾਂਜੀ ਹਾਂਜੀ। ਅਤੇ ਇਹ ਗੰਦਗੀ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਬਾਰੇ ਕੀ ਕਹਿਣਾ? ਨਰਕ ਹੈ ਜੀ ਨਰਕ, ਨਰਕ ਕਿਹਨੂੰ ਕਹਿੰਦੇ ਆ? ਤੁਸੀਂ ਉੱਥੋਂ ਮਾੜਾ ਜਿਹਾ ਕੈਮਰਾ ਮਾਰੋ ਸਰ, ਇੱਥੇ ਲੰਘਦੇ ਹਾਂ ਕਿਉਂਕਿ ਇੱਥੇ ਫਾਟਕ ਬੰਦ ਹੋ ਜਾਂਦਾ, ਸਾਨੂੰ ਅੱਧਾ ਘੰਟਾ ਲੱਗਦਾ ਪੂਰਾ, ਹਾਂਜੀ ਅੱਧੇ ਅੱਧੇ ਘੰਟੇ ਦਾ ਹਾਲ ਹੈ, ਇੰਨਾ ਕੁ ਬੁਰਾ ਹਾਲ ਹੁੰਦਾ, ਨੱਕ ਨੂੰ ਚੜ੍ਹਦਾ, ਇੱਥੋਂ ਜਾਓ ਤੁਸੀਂ ਉਹ ਗੰਦ ਆ ਵਿਚਾਰੇ ਆ ਬੈਠੇ, ਇਹਨਾਂ ਨੂੰ ਪੁੱਛੋ ਕੀ ਹਾਲ ਹੈ ਇਹ, ਉੱਥੋਂ ਮਾਰੋ ਕਹਿ, ਇੰਨਾ ਕੁ ਨਰਕ ਹੈ ਨਾ,
ਕੋਈ ਕਿਸੇ ਨੂੰ ਉਹ ਨਹੀਂ ਹੈਗਾ। ਮੇਅਰ ਸਾਡਾ ਆਪਦਾ, ਐਮ ਸੀ ਸਾਡੇ ਆਪਦੇ, ਸਰਕਾਰਾਂ ਆਪਦੀ ਆ ਕੇ ਕਹਿੰਦੇ, ਪਹਿਲਾਂ ਕਹਿੰਦੇ ਸੀ ਇੰਨਾ ਕੋਈ ਬੁਰਾ ਹਾਲ ਆ, ਆਹ ਰਹਿੰਦਾ ਹੁੰਦਾ ਆਹ ਇੱਥੇ ਬਣਾ ਤਾ, ਇਹ ਪਹਿਲਾਂ ਤਾਂ ਸਗੋਂ ਫਿਰ ਵੀ ਟ੍ਰੈਫਿਕ ਨਿਕਲ ਜਾਂਦਾ ਸੀ, ਐਡਾ ਕੁ ਬੁਰਾ ਹਾਲ ਕਰਤਾ। ਪੁਲ ਅੱਜ ਸਾਨੂੰ ਜਦੋਂ ਸਰਕਾਰ ਬਣੀ ਆ ਉਦੋਂ ਦੇ ਵਾਅਦੇ ਆ ਰਹੇ ਆ, ਇਹ ਸਾਨੂੰ ਜਿੱਦਣ ਅੱਜ 2.5 ਸਾਲ ਹੋ ਗਏ ਸਰ ਇਹਨਾਂ ਨੂੰ, ਅੱਜ 2 ਸਾਲ ਕੱਲ੍ਹ ਨੂੰ ਹੋ ਜਾਊਗਾ ਕਾਂਗਰਸ ਨੂੰ ਵੀ, ਉਦੋਂ ਪਹਿਲਾਂ ਅਕਾਲੀ ਇੱਥੋਂ ਪੁਲ ਚੱਕਾਂਗੇ ਜੀ, ਉੱਥੋਂ ਚੱਕਾਂਗੇ ਜੀ, ਆਹ ਕਰਾਂਗੇ ਉਹ ਕਰਾਂਗੇ, ਡੱਕਾ ਨਹੀਂ ਹੋਇਆ ਸਰ ਇਹਨਾਂ ਦਾ, ਕੋਈ ਪੁਲ ਨਹੀਂ ਸ਼ੁਰੂ ਹੋਇਆਗਾ। ਤੁਸੀਂ ਮੰਨੋਗੇ ਨਹੀਂ, ਪੂਰੀ ਗਰਮੀ 'ਚ ਜਵਾਕ ਇੱਥੇ ਸਕੂਲ ਹੈ, ਛੁੱਟੀਆਂ ਹੁੰਦੀਆਂ 3-3 ਘੰਟੇ ਇੱਥੇ ਖੜ੍ਹਦੇ ਆ ਪੂਰਾ, ਉਹ 1 ਘੰਟਾ ਪਹਿਲਾਂ ਬੰਦ ਕਰਦਾ, 1 ਘੰਟਾ ਬਾਅਦ 'ਚ, ਇੰਨਾ ਬੁਰਾ ਹਾਲ ਆ। ਬੱਚੇ ਇੱਥੋਂ ਤੋਂ ਉੱਥੋਂ ਤੱਕ ਝੋਂਦੇ ਆ ਸਰ, ਕੋਈ ਉੱਪਰੋਂ ਹਾਲ ਨਹੀਂ ਗਾ ਇਹਨਾਂ ਦਾ, ਇੱਥੋਂ ਚੱਕਾਂਗੇ ਜੀ ਆਹ ਢਾਵਾਂਗੇ ਜੀ, ਅੱਜ ਕੋਈ ਹਾਲ ਨਹੀਂ ਗਾ ਇੱਥੇ। ਪਾਣੀ ਦੇਖੋ ਤੁਸੀਂ, ਆਹ ਉਹ ਦੇਖੋ ਤੁਸੀਂ, ਹਜੇ ਇਹਦੇ ਅੰਦਰ ਜਾਓ ਤੁਸੀਂ, ਇੰਨਾ ਕੋਈ ਬੁਰਾ ਹਾਲ ਹੈ ਨਾ, ਮੈਂ ਕਹਿੰਦਾ ਨਰਕ ਹੈ ਜੀ, ਗੰਦਗੀ ਦਾ ਜਿਹੜਾ ਇਹ ਹਾਲ ਹੈ। ਮੈਂ ਤੁਸੀਂ ਮਾਂ ਪੁੱਤੋਂ? ਹਾਂਜੀ ਹਾਂਜੀ। ਕਿੱਧਰ ਚੱਲੇ ਹੋ? ਅਸੀਂ ਸਰ ਬਾਜ਼ਾਰ ਚੱਲੇ, ਬੜਾ ਮੰਮੀ ਦਵਾਈ ਦਵਾਨ ਚੱਲੇ ਹੋ? ਮਾਤਾ ਜੀ ਉਤਰ ਕੇ ਇੱਕ ਮਿੰਟ ਫਿਰ ਲਿਆਓ, ਆ ਜਾਓ ਆਪਾਂ ਇੱਕ ਮਿੰਟ ਗੱਲ ਕਰਦੇ ਹਾਂ। ਇਹਦਾ ਕੀ ਆ? ਇਹ ਮਾਂ ਪੁੱਤ ਚੱਲੇ ਨੇ, ਮਾਂ ਨੂੰ ਆਪਣੀ ਨੂੰ ਮੁੰਡਾ ਦਵਾਈ ਦਵਾਨ ਚੱਲਿਆ। ਮਾਤਾ ਜੀ ਪੁੱਛੋ ਵੀ ਕਾਹਦਾ ਦਵਾਈ ਦਵਾਨ, ਜਿਹੜੀ ਚੱਲਿਆ ਘਰ ਬਾਹਰ 'ਚ ਸੀਵਰ ਆ, ਸੀਵਰ ਬਲੌਕ ਹੋ ਜਾਂਦੇ ਆ, ਉਹ ਸਾਰਾ ਦਿਨ ਮੂੰਹ ਨੂੰ ਚੜ੍ਹਦਾ ਸਰ, ਤੁਸੀਂ ਮੰਨੋਗੇ ਨਹੀਂ ਵੀ ਉਹਦੇ ਕਰਕੇ ਤੇਜ਼ਾਬ ਬਣਦਾ ਇਹਨਾਂ ਦਾ, ਇੰਨਾ ਕੋਈ ਬੁਰਾ ਹਾਲ ਆ, ਦਵਾਈਆਂ ਸਾਰਾ ਦਿਨ ਚੱਲਦੀਆਂ ਇਹਨਾਂ ਦੀਆਂ। ਬਿਲਕੁਲ। ਹੁਣ ਤੁਸੀਂ ਇਹ ਦੇਖੋ, ਮੈਂ ਵੀ ਸਾਰੇ ਲੋਕਾਂ ਨੂੰ ਪਹਿਲਾਂ ਵੀ ਦਿਖਾ ਚੁੱਕਾ, ਮੈਨੂੰ ਹਲੇ ਵੀ ਅਲਰਜੀ ਹੋਈ ਹੋਈ ਹੈ, ਕਿਉਂਕਿ ਮੈਂ ਕੂੜੇ ਦੇ ਵਿੱਚ ਹੀ ਤੁਰਿਆ ਫਿਰਦਾ ਰਹਿੰਦਾ ਪਿਛਲੇ 2 ਮਹੀਨਿਆਂ ਤੋਂ, ਇਹ ਦਿਖਾਉਣ ਵਾਸਤੇ ਵੀ ਯਾਰ ਇਹ ਜਿਹੜਾ ਗੰਦਗੀ ਸ਼ਹਿਰ ਦੇ ਵਿੱਚ ਇੰਨੀ ਜ਼ਿਆਦਾ, ਅਲਰਜੀ ਦੀਆਂ ਗੋਲੀਆਂ ਜਿਹੜੀਆਂ ਨੇ, ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਦਿਖਾਈਆਂ ਸੀ ਅਤੇ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ, ਇਹ ਮੈਂ ਜੇਬ 'ਚ ਰੋਜ਼ ਖਾ ਲੈਂਦਾ ਇੱਕ, ਅਤੇ ਕੰਮ 'ਤੇ ਤੁਰ ਪੈਂਦਾ ਵੀ ਚਲੋ ਯਾਰ ਵੀ ਸ਼ਾਇਦ। ਹੁਣ ਇਹ ਮਾਤਾ ਜੀ ਨੂੰ ਦਵਾਈ ਦਵਾਨ ਚੱਲਿਆ ਮੁੰਡਾ ਆਪਣਾ, ਅਤੇ ਮਾਤਾ ਜੀ ਇਹ ਚਲੋ ਮੁੰਡਾ ਜਦੋਂ ਕੰਮ 'ਤੇ ਜਾਂਦਾ ਅਤੇ ਉਦੋਂ ਫਿਰ ਤੁਸੀਂ ਕਿਵੇਂ ਜਾਂਦੇ ਹੋ? ਫਿਰ ਜਾਈਦਾ ਕਿ ਆਟੋ 'ਤੇ, ਜਿਹਦੇ ਤਕਰੀਬਨ ਤਾਂ ਇਹੀ ਲੈ ਕੇ ਜਾਂਦਾ, ਆਟੋ ਵਾਲੇ ਤਾਂ ਤੁਹਾਨੂੰ ਪਤਾ ਹੀ ਆ ਕਿੱਥੇ ਮਿਲਦੇ ਆ, ਫਿਰ ਫਾਟਕ ਬੰਦ, ਪਹਿਲੀ ਗੱਲ ਤਾਂ ਇਧਰਲੇ ਪਾਸੇ ਕੋਈ ਆਟੋ ਵਾਲਾ ਹੀ ਨਹੀਂ ਆ ਕੇ ਰਾਜੀ, ਫਾਟਕ ਵਾਲੇ ਨਹੀਂ ਉਧਰੋਂ ਬਾਜ਼ਾਰ 'ਚੋਂ ਲਓ, ਕਿਸੇ ਨੂੰ ਆਟੋ ਵਾਲੇ ਨੂੰ ਪੁੱਛੋ ਅੰਮ੍ਰਿਤਪੁਰ ਜਾਣਾ, ਨਹੀਂ ਵੀਰੇ ਫਾਟਕ ਪੈਂਦੇ ਆ, ਕਹਿੰਦਾ ਸਾਨੂੰ ਉਹਨੇ ਚਿਰ 3 ਗੇੜੇ ਲਾ ਲਾਂਗੇ ਜਿੰਨੇ ਚਿਰ ਚਿਰ ਫਾਟਕ ਖੁੱਲੂਗਾ ਤੁਹਾਡਾ, ਉਹਨਾਂ ਦਾ ਉਹ ਵੀ ਸਹੀ ਆਦੀ ਜਗ੍ਹਾ 'ਤੇ ਜੀ। ਜਦੋਂ ਤੁਹਾਨੂੰ ਇਕੱਲੇ ਆਉਣਾ ਪੈਂਦਾ ਤਾਂ ਫਿਰ ਉਦੋਂ ਆਹ ਰਾਹ 'ਚ ਜਿਹੜੇ ਢੱਠੇ ਆਉਂਦੇ ਆ ਜਾਂ ਗੰਦ ਆ, ਢੱਠੇ ਨੇ ਮੇਰਾ ਗੋਡਾ ਤੋੜਤਾ ਸੀਗਾ। ਅੱਛਾ। ਹੋਰ ਆਹ 3 ਮਹੀਨੇ ਬਣਾਈ ਰੱਖਿਆ ਗੋਡਾ। ਬਣਾਈ ਰੱਖਿਆ। ਹਾਂਜੀ। ਹੁਣ ਦੱਸੋ ਜੀ, ਢੱਠੇ ਨੇ ਇਹ ਮਾਤਾ ਜੀ ਦਾ ਗੋਡਾ ਤੋੜਤਾ, ਜਿਹੜਾ ਘਰ ਦੇ ਬਾਹਰ ਸੀਵਰੇਜ ਹੈ ਉਹਦੇ ਕਾਰਨ ਅਲਰਜੀ ਹੋ ਗਈ, ਇਹ ਹੁਣ ਦਵਾਈ ਲੈਣ ਚੱਲੇ ਨੇ, ਇਹਦਾ ਜ਼ਿੰਮੇਵਾਰ ਕੌਣ ਹੈ? ਪਿੱਛੇ ਜੇ ਸਰ ਮੈਂ ਪੜ੍ਹਿਆ ਗਿਆ, ਬਠਿੰਡਾ ਪਹਿਲੇ ਨੰਬਰ 'ਤੇ ਆ, ਅੱਗੇ ਸਫਾਈ 'ਚ ਪਹਿਲੇ ਨੰਬਰ 'ਤੇ ਆ, ਮੈਨੂੰ ਇੱਕ ਗੱਲ ਨਹੀਂ ਸਮਝ ਆਈ ਇਹਨਾਂ ਨੂੰ ਨੰਬਰ ਦੇਣ ਵਾਲਾ ਕੌਣ ਹੈ? ਮਾੜਾ ਜਿਹਾ ਸਾਨੂੰ ਵੀ ਜਾਂਚ ਕਰਾਈ ਜਾਵੇ ਵੀ ਕਿਵੇਂ ਨੰਬਰ ਮਿਲਦੇ ਆ। ਮੈਂ ਤੁਹਾਨੂੰ ਬਠਿੰਡਾ ਦਾ ਹਾਲ, ਬਠਿੰਡਾ ਮੈਂ ਕਹਿੰਦਾ 500 ਨੰਬਰ 'ਤੇ ਹੈ ਨੀਗਾ, ਜਿਹੜਾ ਗੰਦਗੀ ਆ ਬਠਿੰਡੇ 'ਚ ਤੁਸੀਂ ਸਾਰਾ ਦਿਨ ਚੈੱਕ ਕਰਦੇ ਹੋ। ਤੂੰ ਉਹ ਕਹਿੰਦੇ ਪਹਿਲੇ ਨੰਬਰ 'ਤੇ ਆ, ਮੈਨੂੰ ਸਮਝ ਨਹੀਂ ਆਉਂਦੀ, ਮੇਅਰ ਸਾਹਿਬ ਨੂੰ ਮੇਰੇ ਸਾਹਮਣੇ ਖੜਾਓ, ਪਹਿਲੇ ਨੰਬਰ 'ਤੇ ਆਇਆ ਕਿਵੇਂ ਆ? ਬਿਲਕੁਲ, ਇਹੀ ਅਸੀਂ ਲੋਕ ਸਾਰੇ ਹੈਰਾਨ ਆ ਕਿ ਥਾਂ ਥਾਂ 'ਤੇ ਗੰਦਗੀ ਹੈ ਸਰਦਾਰ, ਕੀ ਕਹਿਣਾ ਚਾਹੁੰਦੇ ਤੁਸੀਂ, ਕੀ ਨਾਮ ਹੈ? ਆਪਾਂ ਟੱਪਦੇ ਆ ਭਾਜੀ, ਕੰਮ ਨੂੰ ਜਾਂਦੇ ਆ, ਸਾਰੇ ਛਿੱਟੇ ਪੈਂਦੇ ਆ, ਇਹ ਕੱਪੜੇ ਬੁਰਾ ਹਾਲ ਹੁੰਦਾ ਕਿਉਂ, ਸੀਵਰ ਦਾ ਗੰਦ ਹੁੰਦਾ ਸਾਰਾ, ਇਹ ਤਾਂ ਬਿਮਾਰੀਆਂ ਦਾ ਘਰ ਆਉਂਦਾ ਆ। ਇੱਥੇ ਕਈ ਲੀਡਰ ਹੈ, ਕਈ ਲੀਡਰ ਆਪਦੀ ਬੈਠੇ ਆ, ਉਹ ਕੰਮ ਕਰ ਲੈਂਦੇ ਆ, ਵੋਟ ਲੈ ਲੈਂਦੇ ਆ, ਕਿਸੇ ਨੂੰ ਕੋਈ ਪੁੱਛਦੇ ਨਹੀਂ ਵੀ ਤੂੰ ਕੌਣ ਹੈ, ਵੋਟ ਵਾਲੇ ਦਿਨ ਤੁਸੀਂ ਆ ਜਾਂਦੇ ਵੀ ਅਸੀਂ ਤੁਹਾਡਾ ਕੰਮ ਕਰਾਵਾਂਗੇ, ਇੱਕ ਮੁੜ ਕੇ ਤੁਰਦੇ ਬਣ ਜਾਂਦੇ ਆ। ਹੁਣ ਜਦੋਂ ਜਾਂਦੇ ਆ ਕਹਿੰਦਾ ਵੀ ਉਹਨਾਂ ਨੇ ਵੋਟ ਪਾਤੀ ਆ, ਤੁਸੀਂ ਥੋੜ੍ਹਾ ਪਾਈ ਆ, ਉਹਨਾਂ ਨੇ ਪਾਈ ਆ, ਪੈਸੇ ਲਿੱਤੇ ਆ। ਹੁਣ ਜਿਹੜਾ ਕਹਿ ਲਈ ਵੀ ਹੁਣ ਫਿਰ ਵੋਟਾਂ ਆ ਗਈਆਂ, ਹਾਂਜੀ ਹਾਂਜੀ, ਹੁਣ ਕੀ ਹੋਏਗਾ? ਹੁਣ ਇਹਨਾਂ ਨੇ ਰਾਜਨੀਤੀ, ਫਿਰ ਇਹਨਾਂ ਨੇ ਸਾਸਤ ਖੇਡ ਕੇ ਇਹਨਾਂ ਦੀ ਸਰਕਾਰਾਂ ਦੀ ਗੁੰਮਰਾਹ ਕਰਨਾ ਲੋਕਾਂ ਨੂੰ, ਕਿਸੇ ਨੂੰ ਦਾਰੂ ਦੀਆਂ ਲਾਲਚਾਂ ਦੇਣਗੇ, ਕਿਸੇ ਨੂੰ ਪੈਸਾ ਦੇਣਗੇ, ਉਹ ਤੋਂ ਬਾਅਦ 'ਚ ਜੋ ਕੋਈ ਕੰਮ ਕਰਾਉਣ ਜਾਂਦਾ ਕਹਿੰਦਾ ਤੁਹਾਨੂੰ ਦਾਰੂਆਂ ਪਿਆਈਆਂ ਅਤੇ ਤੁਹਾਨੂੰ ਪੈਸੇ ਦਿੱਤੇ ਆ, ਇਸ ਕਰਕੇ ਵੋਟ ਦਿੱਤੀ ਹੈ। ਅੱਗੇ ਅਸੀਂ ਭਾਈ ਹੁਣ ਜਿਵੇਂ ਅਸੀਂ ਕਰਾਂਗੇ, ਸਾਡੀ ਸਰਕਾਰ ਹੈ, ਅਸੀਂ ਚਾਹੇ ਕਰੀਏ ਨਾ ਕਰੀਏ। ਦੇਖੋ ਪਹਿਲੀ ਗੱਲ ਤਾਂ ਸਰਦਾਰ ਜੀ ਦੀ ਵੀ ਇਹ ਹੈ
ਕਿ ਜਿਹੜੀਆਂ ਤੁਸੀਂ ਵੋਟਾਂ ਮੁੱਲ ਵੇਚਦੇ ਹੋ ਉਹ ਨਹੀਂ ਵੇਚਣੀਆਂ ਚਾਹੀਦੀਆਂ। ਕੀ ਦਾਰੂ ਦੀ ਬੋਤਲ ਦੇ ਉੱਤੇ ਅਸੀਂ ਵੋਟ ਪਾਤੀ ਕਿਸੇ ਨੂੰ ਕਿ 1000 ਰੁਪਈਆ ਲੈ ਲਿਆ ਕਿ 500 ਲੈ ਲਿਆ, ਇਹ ਵੋਟ ਦੀ ਪਹਿਲੀ ਗੱਲ ਤਾਂ ਅਹਿਮੀਅਤ ਸਮਝੋ ਮੇਰੇ ਵੀਰ, ਜਿਹੜੇ ਲੋਕ ਇਸ ਨੂੰ ਵੇਚਦੇ ਆ ਇਹ ਸਰਦਾਰ ਜੀ ਦੇ ਕਹਿਣ ਦੇ ਮੁਤਾਬਕ। ਜਦੋਂ ਤੁਸੀਂ ਆਪਣੇ ਕਿਸੇ ਨੂੰ ਇਹ ਮੰਨ ਲਓ ਵੀ ਰਿਸ਼ਵਤ ਲੈ ਕੇ ਉਹਨੂੰ ਵੋਟ ਪਾਤੀ ਤਾਂ ਅਗਲੇ ਨੇ ਕੱਲ੍ਹ ਨੂੰ ਇਹ ਕਹਿਣਾ ਤੁਸੀਂ ਕਿਸ ਤਰੀਕੇ ਨਾਲ ਬੰਦੇ ਤੋਂ ਕੰਮ ਕਰਾ ਲਓਗੇ, ਅਗਲੇ ਨੇ ਕਹਿਣਾ ਭਾਈ ਸਾਹਿਬ ਕਿਹੜਾ ਤੁਹਾਡਾ ਕੰਮ, ਕਿਹੜੇ ਮੂੰਹ ਨਾਲ ਆਇਓ, ਤੁਹਾਨੂੰ ਪੈਸੇ ਦਿੱਤੇ ਆ, ਤੁਹਾਨੂੰ ਦਾਰੂ ਪਿਆਈ ਆ, ਜੋ ਕਾਣਾ ਹੋ ਜਾਂਦਾ ਜੀ ਬੰਦਾ, ਕਾਣਾ ਹੋ ਜਾਂਦਾ ਤਾਂ ਕਿਹੜੇ ਮੂੰਹ ਨਾਲ ਜਾ ਕੇ ਤੁਸੀਂ ਕਹੋਗੇ ਜਨਾਬ ਤੁਸੀਂ ਤੁਹਾਨੂੰ ਵੋਟ ਪਾਈ ਹੈ ਜਾਂ ਜਨਾਬ ਆ ਤੋਂ ਸਾਡਾ ਕੰਮ ਕਰ ਦਿਓ। ਜਦੋਂ ਤੁਸੀਂ ਵੋਟਾਂ ਜਦੋਂ ਪਾਣੀਆਂ ਨੇ, ਜਦੋਂ ਤੁਸੀਂ ਪੈਸੇ ਲੈ ਕੇ ਪਾਣੀਆਂ ਤਾਂ ਤੁਸੀਂ ਕਹਿਣ ਦੇ ਹੱਕਦਾਰ ਵੀ ਨਹੀਂ, ਤਾਂ ਫਿਰ ਭੁਗਤੋ ਇਹੋ ਜਿਹੀਆਂ ਗੱਲਾਂ, ਚੰਗੀ ਗੱਲ ਆ ਉਹ ਇਸ ਗੱਲੋਂ ਉਹ ਨੇਤਾ ਲੋਕ ਚੰਗੇ ਨੇ ਜਿਹੜੇ ਤੁਹਾਨੂੰ ਸ਼ਰਿਆਮ ਕਹਿ ਤਾਂ ਸਕਦੇ ਨੇ ਵੀ ਭਾਈ ਸਾਹਿਬ ਇਹ ਵੋਟਾਂ ਤੁਹਾਡੀਆਂ ਅਸੀਂ ਖਰੀਦੀਆਂ ਇਹਨਾਂ ਦੇ ਕਹਿਣ ਦੇ ਮੁਤਾਬਕ ਸਰਦਾਰ ਜੀ ਦੇ, ਕਾਹਦੇ ਵਾਸਤੇ ਵੇਚ ਦਿਓ ਮੇਰੇ ਵੀਰ? ਵੋਟਾਂ ਨਾ ਵੇਚੋ, ਅੱਖ ਚੱਕ ਪਾ ਕੇ ਗੱਲ ਕਰੋ ਵੀ ਮਹਾਰਾਜ ਸਾਡਾ ਕੰਮ ਕਰਾਓ, ਤੁਹਾਨੂੰ ਵੋਟਾਂ ਪਾਈਆਂ ਨੇ। ਤੁਹਾਨੂੰ ਮੈਂ ਹੋਰ ਹਾਲ ਦਿਖਾਉਣਾ, ਇਹ ਹਾਲ ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਵੀ ਬਠਿੰਡੇ ਦੇ ਵਿੱਚ ਵੈਸੇ ਤਾਂ ਇਹਨੂੰ ਕਹਿੰਦੇ ਨੇ ਸਿਟੀ ਆਫ ਲੇਕਸ, ਹੈ ਨਾ, ਲੇਕਸ ਨੇ ਇੱਥੇ ਮੇਰਾ ਖਿਆਲ 3 ਲੇਕਸ ਨੇ ਬਠਿੰਡੇ ਦੇ ਵਿੱਚ, ਬੜਾ ਉਹਦੇ 'ਚ ਕਿਸ਼ਤੀਆਂ ਤੈਰਦੀਆਂ ਨੇ, ਪਰ ਇੱਕ ਗਲੀ ਗਲੀ ਜਿਹੜਾ ਦਰਿਆ ਬਣਿਆ ਹੋਇਆ, ਗਲੀ ਗਲੀ ਲੇਕਸ ਹੈ ਜਿਹੜੀਆਂ ਉਹ ਸਵੱਛ ਪਾਣੀ ਦੇ ਵਿੱਚ ਹੈ। ਉਸ ਤੋਂ ਬਾਅਦ ਤੁਹਾਨੂੰ ਮੈਂ ਗੰਦਗੀ ਦੇ ਪਾਣੀ ਦੀਆਂ ਲੇਕਸ ਹੈ ਜਿਹੜੀਆਂ ਉਹ ਵੀ ਬਠਿੰਡੇ ਦੇ ਵਿੱਚ ਅੱਜ ਦਿਖਾਉਂਦਾ। ਇਹ ਹੈ ਜੀ ਆਵਾ ਬਸਤੀ, ਇਹ ਆਵਾ ਬਸਤੀ ਹੈ, ਇਹ ਤੁਹਾਨੂੰ ਮੈਂ ਦਿਖਾਇਆ ਵੀ ਉੱਧਰੋਂ ਗੰਦ ਤੁਹਾਨੂੰ ਮੈਂ ਉੱਧਰੋਂ ਦਿਖਾਉਂਦਾ ਆਇਆ, ਪਿਛਲੀ ਵਾਰੀ ਅੱਜ ਤੋਂ ਕੋਈ ਮਹੀਨਾ ਪਹਿਲਾਂ ਮੈਂ ਤੁਹਾਨੂੰ ਗੰਦ ਦਿਖਾਇਆ ਸੀ, ਗੰਦ ਉੱਧਰਲਾ ਏਰੀਆ ਮੈਂ ਤੁਹਾਨੂੰ ਦਿਖਾਤਾ ਸੀ, ਅੱਜ ਮੈਂ ਤੁਹਾਨੂੰ ਆਹ ਦਿਖਾਉਂਦਾ। ਇਹ ਹਾਲ ਹੈ ਮੇਰੇ ਸ਼ਹਿਰ ਦੀ ਆਵਾ ਬਸਤੀ ਦਾ, ਇਹ ਦੁਕਾਨਦਾਰ ਧੰਨ ਨੇ ਜਿਹੜੇ ਬੋ ਸੁੰਘਦੇ ਨੇ, ਇਹ ਹੁਣ ਤੁਸੀਂ ਇਹ ਵੇਖੋ ਦੁਕਾਨ ਦੇ ਬਾਹਰ ਨਾ ਬਹੁਤਾ ਤਾਂ 4-4 ਇੰਚ ਦਾ ਟੋਇਆ, ਉਹਦੇ 'ਚ ਪਾਣੀ ਖੜਾ। ਇਹ ਆ ਲਓ ਜੀ, ਇਹ ਸੀਵਰੇਜ ਦਾ ਪਾਣੀ ਇੱਧਰੋਂ ਨਾਲੀ ਰਾਹੀਂ ਇੱਧਰ ਨੂੰ ਜਾ ਰਿਹਾ। ਕੁਛ ਲੋਕ ਸਾਡੇ ਭਰਾ ਖੜੇ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਬਾਬੂ ਜੀ ਆਪਣਾ? ਰਾਜਾ ਰਾਮ ਜੀ। ਰਾਜਾ ਰਾਮ ਜੀ ਇੱਥੇ ਰਹਿੰਦੇ ਹੋ? ਹਾਂਜੀ ਇੱਥੇ। ਦੁਕਾਨ ਤੁਹਾਡੀ ਵੀ ਨਹੀਂ? ਉਹ ਦੁਕਾਨ ਹੈ ਜੀ ਸਾਡੀ। ਅੱਛਾ, ਤੁਹਾਡੀ ਪਰਲੇ ਪਾਸੇ ਹੈ ਇਹ? ਫਿਰ ਹੁਣ ਤੁਸੀਂ ਨਹਿਰ ਦੇ ਨਜ਼ਾਰੇ ਲੈਣ ਆਏ ਹੋ? ਨਾ ਜੀ, ਨਜ਼ਾਰੇ ਕੀ, ਹੁਣ ਕਈ ਵਾਰ ਵਿੱਚੇ ਬੰਦ ਕਰਕੇ ਗਏ ਸੀ, 10 ਦਿਨ ਵੀ ਨਹੀਂ ਹੋਏ, ਦੁਬਾਰਾ ਫਿਰ ਸ਼ੁਰੂ ਹੋ ਗਿਆ। ਇਹ ਬਹੁਤ ਜ਼ਿਆਦਾ ਗੰਦਗੀ ਇੱਥੇ ਤਾਂ, ਬਹੁਤ ਹੀ ਜ਼ਿਆਦਾ ਸਮੈਲ, ਬਹੁਤ ਬੁਰਾ। ਮੈਂ ਕਿਹਾ ਸਾਨੂੰ ਲੋਕਾਂ ਨੂੰ ਆਦਤ ਹੁੰਦੀ ਹੈ ਨਾ ਵੀ ਜਦੋਂ ਅਸੀਂ ਨਹਿਰ ਦੇ ਕੰਢੇ ਬੰਨੇ ਤਾਂ ਪੈਰਾਂ ਤੋਂ ਬੂਟ ਬਾਟ ਲਾ ਕੇ ਪਾਣੀ 'ਚ ਡਬੋ ਲੈਂਦੇ ਹਾਂ। ਸ਼ਾਇਦ ਮੈਂ ਹੋ ਸਕਦਾ ਤੁਹਾਨੂੰ ਇਹ ਵੀ ਚਲੋ ਯਾਰ ਇੰਨੀ ਦੂਰ ਜਾਣਾ ਤਾਂ ਕੀ, ਹੈ ਨਾ, ਔਖਾ। ਸ਼ੌਕ ਨਹੀਂ ਹੈ ਜੀ, ਇਹ ਮਜਬੂਰੀ ਹੈ ਸਾਰੀ ਬਸਤੀ। ਕਈ ਵਾਰ ਡਾਕਟਰ ਸਾਹਿਬ ਖੁਦ ਪੱਤਰਕਾਰ ਨੇ, ਪ੍ਰੈਸ ਰਿਪੋਰਟਰ ਨੇ, ਕਈ ਵਾਰ 2 ਵਾਰੀ ਕੰਮ ਇਹ ਕਰਾ ਚੁੱਕੇ ਨੇ, ਇਸ ਤੋਂ ਬਾਵਜੂਦ ਵੀ ਫਿਰ ਵੀ ਬੰਦ ਹੋ ਜਾਂਦਾ ਕਿ ਜਿਵੇਂ। ਲਓ ਜੀ, ਮੇਰੇ ਭਾਈਚਾਰੇ ਵਾਲੇ ਖੜੇ ਨੇ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ। ਆ ਜਾਓ ਥੱਲੇ ਡਾਕਟਰ ਸਾਹਿਬ। ਅੱਛਾ, ਇਹ ਡਾਕਟਰ ਸਾਹਿਬ ਕੋਈ ਮੈਨੂੰ ਲੱਗਦਾ ਤੀਰ ਤੁਰ ਕੱਢ ਕੇ ਲੈ ਕੇ ਆਉਣਗੇ ਕੋਈ ਨਾ ਕੋਈ ਇਹੋ ਜਿਹਾ ਜਿਹੜਾ ਦਿਖਾਉਣਾ ਚਾਹੁੰਦੇ ਹੋਣਗੇ ਸਾਡੇ ਦਰਸ਼ਕਾਂ ਨੂੰ। ਚੰਗੀ ਗੱਲ ਹੈ ਡਾਕਟਰ ਸਾਹਿਬ, ਕਿਉਂਕਿ ਹਰ ਆਦਮੀ ਜਿਹੜਾ ਪਰੇਸ਼ਾਨ ਹੈ, ਐਡਾ ਬੁਰਾ ਹਾਲ ਸ਼ਹਿਰ ਦਾ, ਅਤੇ ਅਸੀਂ ਦੇਖੋ ਦਮ ਭਰਦੇ ਹਾਂ ਕਿ ਸਾਡਾ ਜਿਹੜਾ ਬਠਿੰਡਾ ਉਹ ਨੰਬਰ 1 ਤੇ ਆਇਆ ਸਵੱਛਤਾ। ਲਿਆਓ ਜੀ ਪਰਚੀ ਕੱਢ ਲਈ, ਕੀ ਹੈ? ਹੈਪੇਟਾਈਟਿਸ ਥੱਲੇ ਆ ਜਾਓ, ਫਰੇਮ ਨਹੀਂ ਨਾ ਬੰਨਾ। ਹਾਂ, ਮੈਂ ਦੈਨਿਕ ਪਾਇਲਟ ਤੋਂ ਨਿਊਜ਼ਪੇਪਰ ਤੋਂ ਹਾਂ। ਹੈਪੇਟਾਈਟਿਸ ਸੀ ਦਾ ਪੇਸ਼ੈਂਟ ਹਾਂ। ਮਹੀਨਾ ਪਹਿਲਾਂ ਮੈਨੂੰ ਅਟੈਕ ਹੋ ਕੇ ਚੁੱਕਿਆ ਹੈਗਾ ਜੀ ਸਰ।
ਆਹ ਦੇਖੋ ਆਹ 4 ਦਿਨ ਹੋ ਗਏ ਸੀਵਰ ਬੰਦ ਪਿਆ, ਇੰਨੀ ਗੰਦਗੀ ਹੈ, ਕੋਈ ਸੁਣਵਾਈ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਆਹ ਤੁਸੀਂ ਦੇਖ ਸਕਦੇ ਹੋ, ਇਹ ਪਰਚੀ ਆਪਾਂ ਦਿਖਾ ਦਈਏ ਕੈਮਰੇ 'ਚ ਦਿਖਾ ਦਈਏ, ਇਹ ਹੈਪੇਟਾਈਟਿਸ ਬੀ ਦੇ ਪੇਸ਼ੈਂਟ ਦਾ ਅਟੈਕ ਦੀ ਪੇਸ਼ੈਂਟ ਹੈਗਾ ਮੈਂ, ਪੇਸ਼ ਅਟੈਕ ਹੋਇਆ ਹੈ ਨਾ। ਅਤੇ ਹੁਣ ਤੁਸੀਂ ਇਹ ਦੱਸੋ ਵੀ ਸੁੱਖ ਨਾਲ ਇਹਨਾਂ ਦੀ ਦੁਕਾਨ ਦੇ ਬਾਹਰ, ਸੁੱਖ ਨਾਲ ਹੀ ਕਹੂੰਗਾ ਮੈਂ ਤਾਂ, ਆਹ ਰੱਖੋ ਜੀ, ਇਹਨਾਂ ਦੀ ਦੁਕਾਨ ਦੇ ਬਾਹਰ ਇੱਕ ਗੰਦੇ ਪਾਣੀ ਦਾ ਲੇਕ ਕਹਿ ਲਓ ਇਹਨੂੰ ਤੁਸੀਂ, ਕਿਉਂਕਿ ਸਿਟੀ ਆਫ ਲੇਕਸ ਹੈ ਨਾ ਸਾਡਾ, ਬਠਿੰਡਾ ਸ਼ਹਿਰ ਹੈ ਜਿਹੜਾ। ਤਾਂ ਤੁਸੀਂ ਡਿਪਾਰਟਮੈਂਟ ਨੂੰ ਜਾ ਕੇ ਕਿਹਾ ਨਹੀਂ? ਅਸੀਂ MC ਇੱਥੋਂ ਦਾ ਹੀ ਹੈਗੀ ਜੀ, ਇੱਥੋਂ ਦਾ, ਪਰ ਦੇਖੋ 4 ਦਿਨ ਹੋ ਗਏ ਬੁਰਾ ਹਾਲ ਹੈਗਾ ਜੀ। ਕੌਣ MC ਇੱਥੇ? MC ਸੰਜੇ ਵਿਸਵਾਲ ਹੈਗਾ ਜੀ। ਅਤੇ ਤੁਸੀਂ ਸੰਜੇ ਹੋਰਾਂ ਨੂੰ ਕਹਿਣ ਵੀ ਸੰਜੇ ਯਾਰ MC ਹੈ, ਮੈਨੂੰ ਤਾਂ ਹੁਣ ਦੱਸੋ, ਮੈਂ ਤਾਂ ਆਪ ਦਵਾਈਆਂ ਦੇ ਵਿੱਚ ਘਿਰਿਆ ਹੋਇਆ, ਦੱਸੋ ਜੀ। ਇਹ ਵੀ ਗੱਲ ਹੈ ਵੀ ਹੁਣ ਬੰਦਾ ਦਵਾਈ ਲੈਣ ਜਾਵੇ, ਡਾਕਟਰ ਦਵਾਈ ਖਾਵੇ, ਪੇਸ਼ੈਂਟਾਂ ਨੂੰ ਦਵਾਈ ਦੇਵੇ, ਕਿ ਫਿਰ ਇਹਨਾਂ ਲੋਕਾਂ ਦੇ ਮਗਰ ਤੁਰਿਆ ਫਿਰੇ ਕਿ ਯਾਰ ਦੱਸੋ ਬਾਈ ਜੀ ਹੁਣ ਅਸੀਂ ਕੀ ਕਰੀਏ। ਹੁਣ ਦੇਖੋ ਇਹ ਉਹ ਦੁਕਾਨ ਹੈ, ਰਾਸ਼ਨ ਦੀ ਦੁਕਾਨ, ਜਿੱਥੇ ਲੋਕਾਂ ਨੇ ਰਾਸ਼ਨ ਲੈਣ ਆਉਣਾ ਹੀ ਆਉਣਾ। ਅਤੇ ਤੁਹਾਨੂੰ ਮੈਂ ਦਿਖਾ ਦਿਆਂ ਇੱਕ ਵਾਰੀ, ਆਹ ਦੇਖੋ ਤੁਸੀਂ ਇਹ ਗੰਦੇ ਪੈਰ ਜਿਹੜੇ ਨੇ ਦੇਖ ਰਹੇ ਹੋ ਤੁਸੀਂ, ਇਹ ਗੰਦੇ ਪੈਰ ਇੱਦਾਂ ਹੀ ਦੁਕਾਨ ਦੇ ਵਿੱਚ ਜਾਣੇ ਨੇ। ਅਤੇ ਹੁਣ ਪਹਿਲੀ ਗੱਲ ਤਾਂ ਇਹਨਾਂ ਦਾ ਨੁਕਸਾਨ, ਬਾਬੂ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹਦੇ ਬਾਰੇ ਕੀ ਕਹੀਏ ਜੀ, ਠੇਕੇ ਦੇ ਸਿਸਟਮ ਉਹ ਜਿਹੜੇ ਬੰਦੇ ਕੰਮ ਕਰ ਜਾਂਦੇ ਹੈਗੇ, ਜ਼ਿੰਮੇਵਾਰੀ ਕਿਤੇ ਹੈ ਨਹੀਂ, ਜਿਹਨੂੰ ਪੁੱਛੋ ਕਹਿੰਦਾ ਅੱਗੇ ਜਾਓ, ਕਹਿੰਦਾ ਅੱਗੇ ਜਾਓ, ਅੱਗੇ ਜਾਓ, ਕਰੀ ਜਾਓ, ਜੇ ਜ਼ਿੰਮੇਵਾਰੀ ਹੋਏ ਬੰਦਾ ਕਿਸੇ ਨੂੰ ਪੁੱਛੇ, ਬਸ ਜੀ ਹੋਰ ਕੀ। ਇਹ ਅੱਗੇ ਜਾਓ ਵਾਲੀ ਗੱਲ ਤੋਂ ਮੈਨੂੰ ਇੱਕ ਛੋਟਾ ਜਿਹਾ ਚੁਟਕਲਾ ਯਾਦ ਆ ਗਿਆ। ਇੱਕ ਹੋਟਲ ਸੀ, ਹੋਟਲ ਦੇ ਵਿੱਚ 2 ਦਰਵਾਜ਼ੇ ਲੱਗੇ ਸੀ, ਕਹਿੰਦਾ ਯਾਰ ਵੀ ਜਿੰਨੇ ਵਧੀਆ ਖਾਣਾ ਇੱਧਰਲੇ ਪਾਸੇ ਆ ਜਾਓ, ਜਿੰਨੇ ਘੱਟ ਪੈਸਿਆਂ ਦਾ ਖਾਣਾ ਇੱਧਰਲੇ ਪਾਸੇ ਆ ਜਾਓ। ਬੰਦਾ ਕਹਿੰਦਾ ਚਲੋ ਯਾਰ ਇੱਧਰ ਚੱਲਦੇ ਹਾਂ। ਉਹ ਹੌਲੀ ਹੌਲੀ ਹੌਲੀ, ਤੁਸੀਂ ਸਾਰਿਆਂ ਨੇ ਚੁਟਕਲਾ ਸੁਣਿਆ ਹੋਣਾ ਵੀ ਐਂਡ ਲਾਸਟ ਉਹ ਹੋਟਲ ਤੋਂ ਬਾਹਰ ਹੀ ਨਿਕਲ ਜਾਂਦਾ। ਉਹ ਹਾਲ ਹੈ ਕਿ ਕੋਈ ਕਰਦਾ ਨਹੀਂ, ਦਰਵਾਜ਼ੇ ਤੋਂ ਦਰਵਾਜ਼ਾ, ਦਰਵਾਜ਼ੇ ਤੋਂ ਦਰਵਾਜ਼ਾ ਖੁੱਲ੍ਹਦਾ ਜਾਂਦਾ। ਤਾਂ ਇਹ ਤੁਸੀਂ ਦੇਖੋ ਕਿ ਐਡਾ ਜ਼ਿਆਦਾ ਬੁਰਾ ਹਾਲ ਹੈ ਸ਼ਹਿਰ ਦਾ, ਦੂਰ ਤੱਕ ਜੇ ਤੁਸੀਂ ਦੇਖੋਗੇ ਕਿ ਇਹ ਗੰਦਾ ਪਾਣੀ ਹੈ। ਅਤੇ ਇੱਕ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਦੱਸ ਦਿਆਂ ਕਿ ਸਾਡਾ ਕੰਮ ਸਿਰਫ ਡਫਲੀ ਵਜਾਉਣਾ, ਸਾਡੇ ਹੱਥ 'ਚ ਕੁਛ ਨਹੀਂ। ਅਸੀਂ ਤਾਂ ਜੋ ਹੋ ਰਿਹਾ ਜਿੱਥੇ ਪਾਸੇ ਕੋਈ ਗੰਦਗੀ ਹੈ ਉਹ ਦਿਖਾ ਸਕਦੇ ਹਾਂ। ਕਰਨਾ ਕਿੰਨੇ ਹੈ? ਕਰਨਾ ਮਹਿਕਮਿਆਂ ਨੇ ਕਰਨਾ, ਸੰਬੰਧਿਤ ਅਫਸਰਾਂ ਨੇ ਕਰਨਾ, ਉਹਨਾਂ ਨੇ ਕੰਮ ਕਰਨਾ। ਪਰ ਅਸੀਂ ਕੀ ਹੈ, ਅਸੀਂ ਉਹਨਾਂ ਦਾ ਕੰਮ ਆਸਾਨ ਇਹ ਕਰ ਦਿੰਦੇ ਹਾਂ ਕਿ ਉਹਨਾਂ ਨੂੰ ਘਰ ਬੈਠਿਆਂ ਨੂੰ, ਆਫਿਸ ਬੈਠਿਆਂ ਨੂੰ, ਇਹ ਜੋ ਹੋ ਰਿਹਾ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਗੰਦਗੀ ਹੈ ਉਹ ਦਿਖਾ ਦਿੰਦੇ ਹਾਂ, ਉਹਨਾਂ ਦਾ ਕੰਮ ਅਸੀਂ ਇੰਨਾ ਕੁ ਆਸਾਨ ਕਰ ਦਿੰਦੇ ਹਾਂ। ਹੁਣ ਵੀ ਤੁਹਾਨੂੰ ਦੱਸਦੇ ਹਾਂ ਵੀ ਇਹ ਆਵਾ ਬਸਤੀ ਦੇ ਵਿੱਚ ਇਹ ਹਾਲ ਹੈ। ਹੁਣ ਇੱਧਰਲੇ ਪਾਸੇ ਭੁਜੀਆ ਦੀ ਦੁਕਾਨ ਹੈ, ਆਹ ਤੁਸੀਂ ਵੇਖ ਲਓ, ਇੱਦਾਂ ਟੱਪ ਕੇ ਜਾਣਾ ਕਿਸੇ ਨੇ ਭੁਜੀਆ ਲੈਣ, ਕੋਈ ਬੰਦਾ ਤਾਂ ਟੱਪ ਜਾਏਗਾ ਹੈ ਨਾ। ਸਪੋਜ਼ ਕਰੋ ਘਰ ਦੇ ਵਿੱਚ ਮਹਿਮਾਨ ਆ ਗਏ, ਘਰ ਦੇ ਵਿੱਚ ਕੋਈ ਬੰਦਾ ਹੈ ਨਹੀਂ, ਮਾਂ ਨੇ ਛੋਟੇ ਜਿਹੇ ਬੱਚੇ ਨੂੰ ਕਿਹਾ ਵੀ ਜਾ ਪੁੱਤ ਉੱਥੋਂ ਭੁਜੀਆ ਵਾਲੀ ਦੁਕਾਨ ਤੋਂ ਭੁਜੀਆ ਲਾਇਆ, ਉਹ ਹੁਣ ਇੱਥੋਂ ਬੱਚਾ ਟੱਪੇਗਾ ਕਿੱਦਾਂ? ਉਹ ਬੱਚਾ ਛਾਲ ਮਾਰ ਕੇ ਕੋਸ਼ਿਸ਼ ਕਰੇਗਾ, ਹੋ ਸਕਦਾ ਪੈਰ ਫਿਸਲ ਜੇ, ਨਾਲੇ ਗੰਦ ਚਾਪ ਡਿੱਗੇਗਾ, ਨਾਲੇ ਜਿਹੜਾ ਭੁਜੀਆ ਲੈਣ ਜਾਊਗਾ ਉਹ ਵੀ ਡਿੱਗ ਸਕਦਾ। ਇਹ ਇਹ ਗੰਦ ਤੁਸੀਂ ਵੇਖ ਲਓ ਕਿਵੇਂ ਆ ਲਓ, ਉੱਥੇ ਹੀ ਇਹਨਾਂ ਨੇ ਵਿਚਾਰਿਆਂ ਨੇ ਆਪਣਾ ਸਮਾਨ ਬਣਾਉਣਾ, ਉਹਨਾਂ ਨੇ ਤਾਂ ਆਪਣਾ ਕੰਮ ਕਰਨਾ, ਰੋਜ਼ੀ ਰੋਟੀ ਕਮਾਉਣੀ ਹੈ। ਇਹ ਹਾਲ ਹੈ ਜੀ ਮੇਰੇ ਸ਼ਹਿਰ ਦਾ ਆਵਾ ਬਸਤੀ ਦਾ। ਕੀ ਮੈਂ ਤੁਹਾਨੂੰ ਹੋਰ ਦਿਖਾਵਾਂ, ਇਹ ਦੂਰ ਤੱਕ ਇਹੀ ਹਾਲ ਹੈ। ਸੀਵਰੇਜ ਦਾ ਸਿਸਟਮ ਐਡਾ ਬੁਰਾ ਹਾਲ,
ਆਵਾਰਾ ਪਸ਼ੂ ਉਹ ਤੁਰੇ ਫਿਰਦੇ ਨੇ, ਗੰਦ ਹੈ ਜਿਹੜਾ ਹਰ ਥਾਂ 'ਤੇ ਗੰਦ ਹੈ। ਹੁਣ ਆਹ ਮੈਂ ਤੁਹਾਨੂੰ ਦੱਸਾਂ ਵੀ ਆਹ ਗਲੀ ਹੈ, ਲੋਕਾਂ ਨੇ ਆਪਣੇ ਘਰਾਂ ਨੂੰ ਜਾਣਾ, ਇਸ ਗਲੀ 'ਚ ਪਤਾ ਨਹੀਂ ਕਿੰਨੇ ਘਰ ਹੋਣਗੇ। ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਬੁਰਾ ਹਾਲ ਹੈ ਇਸ ਏਰੀਏ ਦਾ, ਗੰਦਗੀ ਦੇ ਵਿੱਚੋਂ ਦੀ ਜਾਣਾ ਹੈ। ਹੁਣ ਆਹ ਹਾਲ ਹੈ ਜੀ, ਹੁਣ ਇੱਥੋਂ ਟੱਪਣਾ ਸੌਖਾ ਕਿਸੇ ਦਾ, ਇਹ ਕਿਸ ਤਰ੍ਹਾਂ ਕੋਈ ਜਾਏਗਾ, ਬਹੁਤ ਔਖਾ ਇਸ ਗਲੀ ਦੇ ਵਿੱਚ ਜਾਣਾ। ਹੁਣ ਤੁਸੀਂ ਉਹ ਵੇਖੋ, ਆਓ ਮੈਂ ਤੁਹਾਨੂੰ ਦਿਖਾਵਾਂ, ਆ ਜਾਓ ਜੀ ਇੱਧਰ। ਮੈਂ ਤਾਂ ਛਾਲ ਮਾਰ ਕੇ ਆ ਗਿਆ, ਮੇਰੇ ਕੈਮਰਾਮੈਨ ਤੋਂ ਤਾਂ ਉਹ ਵੀ ਨਹੀਂ ਆਇਆ ਜਾਣਾ, ਵਿਚਾਰੇ ਦੀਆਂ ਲੱਤਾਂ ਦਾ ਪਹਿਲਾਂ ਬੁਰਾ ਹਾਲ ਹੈ, ਪਰ ਆਉਣਾ ਪੈਣਾ ਯਸ਼। ਇਸ ਗਲੀ ਦੇ ਵਿੱਚ ਤੁਸੀਂ ਦੇਖੋ, ਦੂਰੋਂ ਤੁਸੀਂ ਦੇਖ ਰਹੇ ਹੋਵੋਗੇ ਛੋਟੇ ਛੋਟੇ ਬੱਚੇ ਨੇ ਗਲੀ 'ਚੋਂ, ਉਹਨਾਂ ਨੇ ਜਦੋਂ ਬਾਹਰ ਨੂੰ ਆਉਣਾ, ਪਹਿਲੀ ਗੱਲ ਤਾਂ ਆਹ ਸੀਵਰੇਜ ਇੱਥੇ ਸੀ ਮੈਨੂੰ ਲੱਗਦਾ, ਉਹ ਢੱਕਣ ਟੁੱਟਾ ਪਿਆ, ਉਹਦਾ ਬੁਰਾ ਹਾਲ ਹੈ। ਛੋਟੇ ਛੋਟੇ ਆਹ ਲਾ, ਹੁਣ ਦੱਸੋ ਆਹ ਬੱਚੇ ਨੇ ਇਹ ਗਲੀ 'ਚੋਂ, ਹੁਣ ਮੈਂ ਉਹੀ ਜਿਹੜੀ ਗੱਲ ਕਰ ਰਿਹਾ ਸੀ ਵੀ ਮੰਨ ਲਓ ਇੱਥੋਂ ਹੀ ਭੇਜਣ ਵੀ ਜਾ ਪੁੱਤ, ਉੱਥੋਂ ਕੋਈ ਨਾ ਕੋਈ ਸਮਾਨ ਫੜ ਲਿਆ, ਐਡੇ ਛੋਟੇ ਬੱਚੇ ਚਲੇ ਜਾਂਦੇ ਹੁੰਦੇ, ਕੋਈ ਐਡੀ ਗੱਲ ਨਹੀਂ ਆਂਢ ਗੁਆਂਢ ਦੇ ਵਿੱਚ, ਪਹਿਲੀ ਗੱਲ ਤਾਂ ਉਹਨੂੰ ਆਹ ਟੱਪਣਾ ਔਖਾ, ਫਿਰ ਉੱਧਰੋਂ ਉੱਧਰ ਟੱਪਣਾ ਔਖਾ, ਹੈ ਨਾ। ਤਾਂ ਇਹ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਸਰ ਸਾਡੇ ਬਾਈ ਗੰਦ ਬਹੁਤ ਮੱਚੇ ਵੇਲੇ, ਜਵਾਕ ਟੱਪਦੇ ਲੰਘਦੇ, ਔਖੇ ਬਹੁਤ ਆਉਂਦੇ, ਮੋਟਰਸਾਈਕਲ ਲੈ ਕੇ ਆਉਂਦੇ, ਉਹ ਗੰਦਗੀ ਅੰਦਰ ਜਾਂਦੀ ਹੈ। ਹਾਂ, ਅਤੇ ਫਿਰ ਉਹ ਗੰਦਗੀ ਜਦੋਂ ਘਰਾਂ 'ਚ ਜਾਣੀ ਅਤੇ ਘਰਾਂ 'ਚ ਬਿਮਾਰੀ ਫੈਲਣੀ ਹੈ, ਬਿਮਾਰੀ ਫੈਲਣੀ ਹੈ ਤਾਂ ਬਿਮਾਰ ਹੋਣਾ, ਅਤੇ ਉਹਦਾ ਜ਼ਿੰਮੇਵਾਰ ਕੌਣ? ਆ ਪੁੱਤਰ ਗੱਲ ਕਰੀਏ, ਕੀ ਨਾਮ ਹੈ ਤੇਰਾ? ਅਭਿਸ਼ੇਕ। ਕੀ ਕਰਦਾ ਬੱਚੇ? ਮੈਂ ਪੜ੍ਹਾਈ। ਕਿਹੜੀ ਕਲਾਸ 'ਚ? ਮੈਨੂੰ ਉਹ ਸੱਤਵੀਂ 'ਚ। ਸੱਤਵੀਂ 'ਚ ਹੈ, ਅਤੇ ਆਹ ਹੁਣ ਜਿਹੜਾ ਤੁਸੀਂ ਗੰਦ ਦੇਖ ਰਹੇ ਹਾਂ ਇਹਦੇ ਬਾਰੇ ਕੀ ਕਹਿਣਾ ਤੇਰਾ ਪੁੱਤਰ? ਬਿਮਾਰੀ ਫੈਲ ਸਕਦੀ ਹੈ ਘਰਾਂ 'ਚ, ਬਿਮਾਰੀ ਫੈਲ ਸਕਦੀ। ਅੱਛਾ, ਹੋਰ ਕੀ ਹੋ ਸਕਦਾ? ਕੁਛ ਨਹੀਂ ਜੀ। ਹੋਰ ਕੁਛ ਨਹੀਂ ਹੋ ਸਕਦਾ? ਹੋਰ ਕੁਛ ਨਹੀਂ ਹੋ ਸਕਦਾ ਜੀ, ਜਿੰਨੀ ਉਹਨੇ ਮੇਰੇ ਮੂੰਹ ਤੋਂ ਗੱਲ ਸੁਣ ਲਈ ਉਨੀ ਇਹਨੇ ਕਹਿਤੀ, ਕਿਉਂਕਿ ਬੱਚਾ ਹਾਲੇ ਛੋਟਾ। ਤਾਂ ਦੇਖੋ ਹਾਲ ਇਹ ਆ, ਆਵਾ ਬਸਤੀ ਗਲੀ ਨੰਬਰ 6 ਲਿਖਿਆ ਜੀ, ਇਸ ਗਲੀ ਦੇ ਵਿੱਚ ਤੁਸੀਂ ਵਾਰਡ ਦੇਖ ਲਓ ਵੀ ਇੱਥੇ ਹੁਣ ਵੜੇ ਕਿਹੜਾ, ਹੁਣ ਇਹ ਬੱਚੇ ਨੇ ਬਾਹਰ ਜਾਣਾ ਹੋਵੇ ਕਿੱਦਾਂ ਜਾਏਗਾ, ਗੰਦਗੀ 'ਚੋਂ ਇਹਨਾਂ ਨੇ ਤਾਂ ਛੱਪ ਛੱਪ ਕਰਦੇ ਜਾਣਾ, ਇਸ ਪਾਣੀ 'ਚੋਂ ਚੱਕ ਲੈਂਦੇ ਨੇ ਨਾ ਨਿੱਕਰਾਂ ਚੱਕ ਲੀਆਂ ਅਤੇ ਗੰਦੇ ਪਾਣੀ 'ਚੋਂ ਟੱਪ ਗਏ। ਹੁਣ ਆਹ ਦੇਖੋ, ਆਹ ਸਾਡੇ ਵੀਰ ਹੋਰ ਖੜ੍ਹੇ ਨੇ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਇਹ ਕਿੰਨੇ ਦਿਨਾਂ ਤੋਂ? ਇਹ ਹੋ ਗਈ ਅੱਜ 5ਵਾਂ ਦਿਨ ਹੈ ਜੀ। ਅੱਜ 5ਵਾਂ ਦਿਨ? ਹਾਂਜੀ। ਅਤੇ ਇਹਨਾਂ 5 ਦਿਨਾਂ 'ਚ ਤੁਸੀਂ ਕਦੀ ਕਿਸੇ ਸੰਬੰਧਿਤ ਅਫਸਰ ਨੂੰ, ਮਹਿਕਮੇ ਕੋਲ ਜਾ ਕੇ, ਆਪਣੇ MC ਕੋਲ ਜਾ ਕੇ ਤੁਸੀਂ ਕਿਹਾ ਨਹੀਂ ਵੀ ਜੀ ਬਹੁਤ ਬੁਰਾ ਹਾਲ ਹੈ? ਕਹਿੰਦੇ ਹਾਂ ਜੀ, ਪਰ ਸੁਣਵਾਈ ਘੱਟ ਹੋ ਰਹੀ ਹੈ। ਅੱਛਾ, ਸੁਣਵਾਈ ਘੱਟ ਹੋ ਰਹੀ ਹੈ? ਹਾਂਜੀ। ਕਿੰਨੀ ਕੁ ਘੱਟ ਹੋ ਰਹੀ ਹੈ? ਮਤਲਬ ਇਹ ਦੇਖ ਲਓ, ਇਹ 5ਵਾਂ ਦਿਨ ਹੈ ਜੀ, ਸੁਣਵਾਈ ਹੋ ਨਹੀਂ ਰਹੀ। ਮਤਲਬ ਇਹਦੇ ਨਾਲ ਤੁਹਾਡੇ ਕੰਮ ਕਾਰ 'ਤੇ ਕਿੰਨਾ ਕੁ ਫਰਕ ਹੈ? ਦੇਖੋ ਜੀ, ਸਾਡਾ ਕੰਮ ਕਾਰ ਤਾਂ ਬਿਲਕੁਲ ਬੰਦ ਹੀ ਹੋ ਜਾਂਦਾ, ਕਿਉਂਕਿ ਇੰਨੀ ਸਮੈਲ ਮਾਰਦੀ ਹੈ, ਕੋਈ ਵੀ ਕਸਟਮਰ ਅੰਦਰ ਵੜਦਾ ਨਹੀਂ ਜੀ ਦੁਕਾਨ ਦੇ। ਠੀਕ ਹੈ ਜੀ। ਬਾਕੀ ਮੈਂ 2-3 ਵਾਰੀ ਐਪਲੀਕੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਦਿੱਤੀ ਹੈ ਇਹਦੀ ਜੀ। ਠੀਕ ਹੈ ਜੀ। ਅਤੇ MC ਸਾਹਿਬ ਨੂੰ ਵੀ ਬਹੁਤ ਵਾਰ ਫੋਨ ਕੀਤਾ ਹੈ ਵੀ ਕੋਈ ਟੈਂਪਰੇਰੀ ਕੰਮ ਕਰਾ ਕੇ ਚਲੇ ਜਾਂਦੇ ਆ, ਰੋਜ਼ ਦਾ ਆਹੀ ਕੰਮ ਹੈ ਜੀ। 2 ਦਿਨ ਠੀਕ ਰਹਿੰਦਾ, ਫਿਰ ਉਹੀ ਹੋ ਜਾਂਦਾ ਜੀ। ਪਹਿਲਾਂ ਇੱਥੋਂ ਸੀ ਜੀ, ਫਿਰ ਉੱਧਰੋਂ, ਫਿਰ ਉੱਧਰੋਂ, ਇਸ ਤਰ੍ਹਾਂ ਕਰਕੇ ਬਲੌਕ ਹੋਇਆ ਹੋਇਆ ਜੀ ਸਾਰਾ ਸਿਸਟਮ, ਪਰ ਕੋਈ ਇਹਦੀ ਸੁਣਵਾਈ ਹੈ ਨਹੀਂ ਜੀ। ਇਹ ਤੁਹਾਡਾ ਘਰ ਇੱਥੇ ਨੇੜੇ ਕਿ ਦੂਰ ਹੈ? ਨੇੜੇ ਹੈ ਜੀ, ਸਾਡਾ ਘਰ ਇੱਧਰ ਨਾਲ ਹੀ ਹੈ ਜੀ। ਇਹਨਾਂ ਦਾ ਘਰ ਨੇੜੇ ਹੈ, ਘਰ ਵੀ ਨੇੜੇ, ਦੁਕਾਨ ਵੀ ਨੇੜੇ, ਓਵਰਫਲੋ ਹੋ ਰਿਹਾ। ਤੁਸੀਂ ਦੇਖੋ ਸੀਵਰੇਜ, ਆਹ ਦੇਖੋ ਇਹ ਪੂਰਾ ਓਵਰਫਲੋ ਹੈ, ਪਾਣੀ ਗੰਦਾ ਬਾਹਰ ਨਿਕਲ ਰਿਹਾ, ਦੁਕਾਨਾਂ, ਲੋਕਾਂ ਦੇ ਕੰਮ ਠੱਪ ਹੋ ਜਾਂਦੇ ਨੇ ਇਸ ਤਰੀਕੇ ਨਾਲ।
ਕੋਈ ਨਹੀਂ ਆ ਕੇ ਰਾਜੀ ਜੀ, ਗੰਦ ਚੁਕਾਉਣ ਰਹਿ ਕੇ ਰਾਜੀ। ਇਹ ਤਾਂ ਮੈਨੂੰ ਚਾਅ ਚੜਿਆ ਹੋਇਆ ਵੀ ਮੈਂ ਸ਼ਹਿਰ ਦੀ ਜਿਹੜੀ ਹੈ ਸਫਾਈ ਕਰਵਾਉਣੀ ਹੈ, ਤਾਂ ਕਰਕੇ ਗੰਦ 'ਚ ਤੁਰਿਆ ਫਿਰਦਾ ਰਹਿੰਦਾ, ਨਹੀਂ ਤਾਂ ਬਿਮਾਰ ਮੈਂ ਵੀ ਰਹਿੰਦਾ ਜੀ। ਐਲਰਜੀ ਮੈਨੂੰ ਵੀ ਹੋ ਗਈ ਹੈ, ਕਿਉਂਕਿ ਜਦੋਂ ਸਾਰਾ ਦਿਨ ਤੁਸੀਂ ਜੇ ਮੈਂ ਤੁਹਾਨੂੰ ਗੰਦ ਦਿਖਾਉਣਾ ਤਾਂ ਮੈਨੂੰ ਗੰਦ 'ਚ ਘੁੰਮਣਾ ਪੈਂਦਾ ਬਾਈ ਜੀ, ਅਤੇ ਜਦੋਂ ਗੰਦ 'ਚ ਤੁਰਨਾ ਪੈਂਦਾ ਉਹ ਬੋ ਵੀ ਸੁੰਘਣੀ ਪੈਂਦੀ ਹੈ, ਉਹ ਐਲਰਜੀ ਵੀ ਉਹ ਹੁੰਦੀ ਹੈ। ਹੁਣ ਤੁਸੀਂ ਆਹ ਦੇਖੋ, ਇੱਕ ਇੱਟ 'ਤੇ ਪੈਰ ਰੱਖਿਆ, ਦੂਜੀ ਅਤੇ ਤੀਜੀ 'ਤੇ ਬੜੀ ਮੁਸ਼ਕਲੋਂ ਪਿੱਛੇ ਗਏ ਨੇ। ਆਹ ਲਓ, ਇੱਕ ਦੋ ਤਿੰਨ, ਅਨਬੈਲੈਂਸਡ ਵੀ ਹੋ ਸਕਦਾ। ਇਹਨਾਂ ਤੋਂ ਜਿਹੜੇ ਬਜ਼ੁਰਗ ਨੇ ਉਹ ਜੇ ਇੱਥੋਂ ਟੱਪਣਗੇ ਅਨਬੈਲੈਂਸਡ ਹੋਏ, ਅਤੇ ਨਾਲੇ ਇਹਦੇ 'ਚ ਡਿੱਗਣਗੇ, ਅਤੇ ਨਾਲੇ ਕੋਈ ਆਪਣਾ ਹੱਡ ਹੁੱਡ ਤੜਾਉਣਗੇ। ਇਹ ਹਾਲ ਹੈ ਜੀ ਮੇਰੇ ਸ਼ਹਿਰ ਦਾ। ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਸ਼ਹਿਰ ਦਾ ਹਾਲ ਦਿਖਾਈਏ, ਸ਼ਹਿਰ ਦੇ ਜਿਹੜੇ ਲੋਕ ਦੁਖੀ ਨੇ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਤੱਕ ਸੁਣਾਈਏ, ਤੁਹਾਡੇ ਤੱਕ ਪਹੁੰਚਾਈਏ। ਇਹ ਸਾਡਾ CCN ਕੇਬਲ ਹੈ, ਜਿਹੜਾ ਤੁਹਾਡਾ ਆਪਣਾ ਕੇਬਲ ਹੈ। ਇਸੇ ਕਰਕੇ ਇੱਕ ਅਸੀਂ ਪੇਜ ਵੀ ਫੇਸਬੁੱਕ ਦੇ ਉੱਤੇ ਬਣਾਇਆ, ਕੀ ਹਾਲ ਹੈ ਮੇਰੇ ਸ਼ਹਿਰ ਦਾ। ਉਹਦੇ 'ਤੇ ਅਸੀਂ ਇਹ ਸਾਰੇ ਵੀਡੀਓਜ਼ ਪਾਉਂਦੇ ਹਾਂ, ਤਾਂ ਜੋ ਸੋਸ਼ਲ ਮੀਡੀਆ ਰਾਹੀਂ ਵੀ ਸੰਬੰਧਿਤ ਮਹਿਕਮਿਆਂ ਨੂੰ, ਸੰਬੰਧਿਤ ਅਫਸਰਾਂ ਨੂੰ, ਸੰਬੰਧਿਤ ਲੋਕਾਂ ਨੂੰ ਪਤਾ ਲੱਗ ਜੇ ਕਿ ਇਹ ਹਾਲ ਹੈ ਸਾਡੇ ਏਰੀਏ ਦਾ। ਤਾਂ ਬਾਊ ਜੀ ਕੀ ਨਾਮ ਹੈ ਤੁਹਾਡਾ? ਲੇਖ ਰਾਮ ਸ਼ਰਮਾ ਜੀ। ਸ਼ਰਮਾ ਜੀ, ਆਪਾਂ ਇੱਥੇ ਹੀ ਰਹਿੰਦੇ? ਹਾਂ, ਇੱਧਰ ਹੀ ਰਹਿੰਦੇ ਜੀ ਰੋਜ਼। ਅੱਛਾ, ਇੱਥੋਂ ਟੱਪਦੇ ਹੋ ਡੇਲੀ? ਹਾਂਜੀ। ਅਤੇ ਇਹ ਫਿਰ ਹੁਣ ਤੁਸੀਂ ਆਹ ਜਿਹੜੀ ਇੰਨੀ ਗੰਦਗੀ ਹੈ, ਇੰਨਾ ਗੰਦਾ ਪਾਣੀ ਹੈ, ਉਹਦੇ ਬਾਰੇ? ਪਾਣੀ ਹੈ ਜੀ, ਲੈਟਰਿੰਗ ਦਾ ਪਾਣੀ ਹੈ, ਔਰ ਬੱਚੇ ਬੁੱਚੇ ਜਾਂਦੇ ਛੋਟੇ, ਤਿਲਕ ਕੇ ਡਿੱਗ ਵੀ ਸਕਦਾ ਜੀ ਕੋਈ ਬਾਊ ਜੀ। ਅਤੇ ਉੱਧਰੋਂ ਵੀ ਦੇਖੋ, ਉਹ ਮਾਣੀ ਉੱਪਰਲੀ ਸਾਈਡ ਆਪਾਂ ਉੱਧਰ ਵੀ ਦਿਖਾਉਂਦੇ ਹਾਂ। ਹੁਣ ਆਹ ਮੇਰੇ ਪਿੱਛੇ ਇੱਕ ਦੁਕਾਨ ਦਿਖ ਰਹੀ ਹੈ ਮੈਨੂੰ, ਇਹ ਮੈਨੂੰ ਲੱਗਦਾ ਇਹ ਹੋਲਸੇਲ ਦਾ ਕੰਮ ਕਰਦੇ ਨੇ ਬਾਊ ਜੀ। ਹੁਣ ਜਦੋਂ ਹੋਲਸੇਲ ਦਾ ਕੰਮ ਕਰਦੇ ਆ ਬਾਊ ਜੀ, ਇੱਕ ਮਿੰਟ ਆਓ ਆਪਾਂ ਗੱਲ ਕਰੀਏ। ਜਦੋਂ ਹੋਲਸੇਲ ਦਾ ਕੰਮ ਕਰਦੇ ਆ ਤਾਂ ਕਾਫੀ ਲੋਕਾਂ ਨੇ ਉੱਥੇ ਜਿਹੜਾ ਆ ਆਉਣਾ ਜਾਣਾ, ਇਕੱਲਾ ਇਹ ਨਹੀਂ ਵੀ ਇਸ ਏਰੀਏ ਦੇ ਲੋਕਾਂ ਨੇ ਆਉਣਾ, ਹੋਰ ਏਰੀਏ ਦੇ ਲੋਕ ਜਦੋਂ ਇਹ ਸਮਾਨ ਲੈਣ ਆਉਂਦੇ ਨੇ, ਤਾਂ ਦੁਕਾਨਦਾਰੀ 'ਤੇ ਕਿੰਨਾ ਕੁ ਫਰਕ ਪੈਂਦਾ ਜਦੋਂ ਇੰਨਾ ਗੰਦ ਅਤੇ ਇਹ ਵੋ? ਬਾਊ ਜੀ, ਜਦੋਂ ਇੰਨੀ ਗੰਦਗੀ ਹੋ ਗਈ ਤਾਂ ਕੋਈ ਵੀ ਦੂਰ ਦਾ ਵਪਾਰੀ ਜਾਂ ਕੋਈ ਵੀ ਬੰਦਾ ਇੱਥੇ ਆ ਕੇ ਖੜਨਾ ਨਹੀਂ ਪਸੰਦ ਕਰਦਾ। ਅਸੀਂ ਖੁਦ ਬਹੁਤ ਪਰੇਸ਼ਾਨ ਹਾਂ ਇਸ ਬਦਬੂ ਤੋਂ, ਇੱਥੇ ਇੰਨੀ ਬਦਬੂ ਮਾਰਦੀ ਹੈ, ਦੁਕਾਨ 'ਤੇ ਪੂਰਾ ਦਿਨ ਬੈਠਣਾ ਮੁਸ਼ਕਿਲ ਹੋ ਜਾਂਦਾ। ਠੀਕ ਹੈ ਜੀ, ਉਹ ਤੋਂ ਬਾਅਦ ਲੋਕਾਂ ਨੂੰ ਉਰੇ ਪਾਰਕਿੰਗ ਦੀ ਵੀ ਸਮੱਸਿਆ ਆਉਂਦੀ ਹੈ। ਹੁਣ ਆਹ ਗੱਡੀ ਖੜੀ ਹੈ ਮੇਰੀ, ਠੀਕ ਹੈ ਜੀ, ਉਹਦੇ ਨਾਲ ਉਹ ਦੇਖੋ ਜੀ ਪਾਣੀ ਕਰਕੇ ਲੋਕ ਇੱਥੋਂ ਵਿੱਚ ਵੱਜ ਵੱਜ ਕੇ ਜਾ ਰਹੇ ਹੈ। ਠੀਕ ਹੈ, ਕੱਲ੍ਹ ਨੂੰ ਕੋਈ ਹਾਦਸਾ ਵੀ ਹੋ ਸਕਦਾ ਹੈ। ਠੀਕ ਹੈ ਨਾ, ਇਸ ਚੀਜ਼ ਦੇ ਉੱਤੇ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਪ੍ਰਸ਼ਾਸਨ ਕੁਛ ਨਹੀਂ ਦੇਖ ਰਿਹਾ। ਜਗ੍ਹਾ ਜਗ੍ਹਾ ਤੋਂ ਦੇਖੋ ਜੀ, ਉਹ ਸਾਰੀ ਸਭ ਪਾਈਪਾਂ ਟੁੱਟੀਆਂ ਪਈਆਂ, ਸੜਕਾਂ ਟੁੱਟੀਆਂ ਪਈਆਂ। ਥੋੜ੍ਹੇ ਦਿਨ ਪਹਿਲਾਂ ਇੱਥੇ ਮੁਰੰਮਤ ਕਰਕੇ ਗਏ, ਸੜਕ ਉਵੇਂ ਹੀ ਤੋੜ ਕੇ ਛੱਡ ਗਏ, ਕੋਈ ਉਹਦੀ ਮੁਰੰਮਤ ਨਹੀਂ ਕਰਕੇ ਉਹਨੂੰ ਟੈਂਪਰੇਰੀ ਖੱਡਾ ਬੰਦ ਕਰਕੇ ਚਲੇ ਗਏ ਨੇ। ਇਹ ਸਰਕਾਰ ਦੀ ਉਹ ਗਿਆ ਨਾਕਾਮੀ ਹੈ, ਜਿਹੜਾ ਉਹ ਸਰਕਾਰ ਆਪਣਾ ਕੰਮ ਸਹੀ ਤਰੀਕੇ ਨਹੀਂ ਕਰ ਸਕਦੀ। ਇਹ ਮੇਅਰ ਬਲਵੰਤ ਰਾਏ ਨਾਥ ਦਾ ਵਾਰਡ ਹੈ, ਇੱਥੇ ਦੇ ਉਹ ਪ੍ਰਧਾਨ ਹੈ। ਠੀਕ ਹੈ ਨਾ, ਉਹ ਆਪਣੇ ਵਾਰਡ ਨੂੰ ਨਹੀਂ ਸਾਫ਼ ਕਰ ਸਕਦੇ ਤਾਂ ਉਹ ਸ਼ਹਿਰ ਦੀ ਕੀ ਜ਼ਿੰਮੇਵਾਰੀ ਲੈਣਗੇ? ਚਲੋ ਨਾਥ ਸਾਹਿਬ, ਦੇਖੋ ਲੋਕ ਇਸ ਗੱਲ ਤੋਂ ਨਾਰਾਜ਼ ਨੇ ਵੀ ਸ਼ਹਿਰ ਦਾ ਮੇਅਰ ਹੋਵੇ ਅਤੇ ਇਸ ਏਰੀਏ ਦਾ MC ਵੀ ਹੋਵੇ ਅਤੇ ਇਹ ਹਾਲ ਹੋਵੇ, ਇਹ ਤਾਂ ਮਾੜੀ ਗੱਲ। ਬਾਕੀ ਦੇਖੋ ਗੱਲ ਉਹੀ ਹੈ, ਅਸੀਂ ਜਿਹੜੀ ਡਫਲੀ ਫੜੀ ਹੈ ਉਹ ਵਜਾ ਰਹੇ ਹਾਂ, ਸਾਡਾ ਕੰਮ ਹੈ ਡਫਲੀ ਫੜ ਕੇ ਉਹਨੂੰ ਵਜਾਉਣਾ ਅਤੇ ਉਹ ਤੁਹਾਨੂੰ ਸਾਰਾ ਕੁਛ ਦਿਖਾਉਣਾ ਸੁਣਾਉਣਾ। ਅਸੀਂ ਅਲਾਪ ਰਹੇ ਹਾਂ ਕਿ ਸੁਣ ਲਓ ਬਾਈ ਜੀ, ਸਾਡਾ ਸ਼ਹਿਰ ਦਾ ਇਹ ਹਾਲ ਹੈ ਅਤੇ ਕਾਇੰਡਲੀ ਇਹਨਾਂ ਗੱਲਾਂ ਵਾਲੇ ਪਾਸੇ ਧਿਆਨ ਦੇ ਦਈਏ। ਇਹ ਹਾਲ ਹੈ, ਤੁਸੀਂ ਦੇਖੋ ਇੱਧਰ ਆ ਜਾਓ, ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਇੱਧਰ ਤੁਰੇ ਆਉਣ। ਇਹ ਜਿਹੜੇ
ਸੁੰਦਰ ਨਜ਼ਾਰੇ ਨੇ ਉਹ ਆਪਾਂ ਦਿਖਾ ਦਈਏ ਕਿ ਆਹ ਹਾਲ ਹੈ ਜੀ। ਤੁਸੀਂ ਦੇਖੋ ਇਹ ਸੜਕ ਦੇ ਵਿੱਚੋਂ ਪਾਣੀ ਦੇਖੋ ਕਿਵੇਂ ਆ ਰਿਹਾ। ਇਹ ਹਾਲ ਹੈ ਜੀ, ਇਹ ਹਾਲ ਹੈ ਮੇਰੇ ਸ਼ਹਿਰ ਦਾ। ਆ ਵੇਖ ਲਓ ਤੁਸੀਂ, ਇਹ ਦੇਖ ਰਹੇ ਹੋ ਤੁਸੀਂ ਭੈਣ ਜੀ, ਆ ਤੁਹਾਡਾ ਘਰ ਹੈ? ਹਾਂਜੀ। ਅੱਛਾ, ਇਹ ਹੁਣ ਆ ਜਿਹੜਾ ਇਹ ਪਾਣੀ ਨਿਕਲ ਰਿਹਾ ਕਿੰਨੇ ਦਿਨਾਂ ਤੋਂ ਨਿਕਲ ਰਿਹਾ? ਇਹ ਅੱਜ 4-5 ਦਿਨ ਹੋ ਗਏ ਜੀ, ਅਸੀਂ ਫੋਨ ਕਰ ਰਹੇ ਆ ਤੇ ਫੋਨ ਵੀ ਨਹੀਂ ਚੱਕ ਰਹੇ ਕੋਈ ਸਾਡਾ। ਅੱਛਾ, ਕੋਈ ਫੋਨ ਨਹੀਂ ਚੱਕ ਰਹੇ? ਨਹੀਂ ਜੀ। ਤੇ ਉੱਥੇ ਆਫਿਸ ਵੀ ਨਹੀਂ ਗਏ ਕਦੀ? ਆਫਿਸ ਤੋਂ ਗਏ ਨਹੀਂ ਜੀ, ਫੋਨ ਨੰਬਰ ਹੈਗਾ, ਫੋਨ ਅਸੀਂ ਕਰ ਰਹੇ ਸੀ। ਆਹ ਹੁਣ ਜਨਾਨੀਆਂ ਕਿੱਥੇ ਕਰਦੇ ਰਾਸ਼ਨ, ਉਹੀ ਗੱਲ ਹੈ ਵੀ ਰੋਟੀ ਪਾਣੀ ਬਣਾਉਣ ਕਿ ਦਫ਼ਤਰਾਂ ਦੇ ਗੇੜੇ ਲਾਉਣ, ਇਹ ਵੀ ਪੰਗਾ। ਹੁਣ ਆ ਬੱਚੇ ਅੰਦਰ ਡੱਕੇ ਪਏ ਨੇ, ਉਹ ਵੇਖੋ ਕਿੱਥੋਂ ਤਿਆਰ ਸ਼ਿਆਰ ਹੋ ਕੇ ਘਰੋਂ ਨਿਕਲੇ ਨੇ, ਉਹ ਅੰਦਰ ਹੀ ਬੈਠੇ ਨੇ, ਉਹ ਜਾਣ ਕਿਧਰਲੇ ਪਾਸੇ ਕਰ ਲੈਣੇ ਆਪਾਂ। ਤੁਹਾਡੀ ਵੀ ਸੁਣ ਲੈਣੇ, ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਸੀਵਰ ਬੰਦ ਹੈ, ਉਹ ਕੰਮ ਨਹੀਂ ਕਰਦੇ, ਸੀਵਰ ਬੰਦ ਹੈ, ਉਹਦਾ ਬਲੋਕ ਪਿਆ। ਅੱਛਾ, ਉਹ ਚੱਲਦਾ ਰਹੇ ਤਾਂ ਇਹ ਪਾਣੀ ਨਾ ਨਿਕਲਣ। ਨਹੀਂ ਉਹ ਤਾਂ ਠੀਕ ਹੈ, ਉਹ ਆਪਾਂ ਨੂੰ ਦਿਖੀ ਜਾਂਦਾ ਵੀ ਸੀਵਰੇਜ ਬੰਦ ਪਿਆ। ਤੇ ਕਿੰਨੇ ਦਿਨਾਂ ਤੋਂ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕਿੰਨੇ ਦਿਨ? ਇਹ 4-5 ਦਿਨ ਹੋ ਗਏ। 4-5 ਦਿਨਾਂ ਤੋਂ ਮੈਂ ਇਹੀ ਪੁੱਛਿਆ ਸੀ ਵੀ ਸੰਬੰਧਿਤ ਅਫਸਰਾਂ ਕੋਲ ਗਏ? ਅਫਸਰਾਂ ਕੋਲ ਤਾਂ ਨਹੀਂ ਗਏ। ਠੀਕ ਹੈ, ਮੇਰੀ ਚਾਚੀ ਨੇ ਫੋਨ ਕੀਤਾ ਸੀਗਾ, ਇਹਨਾਂ ਦੀ ਚਾਚੀ ਨੇ ਫੋਨ ਵੀ ਕੀਤਾ, ਹੋਰ ਬੜੇ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ MC ਸਾਹਿਬ ਨੂੰ ਵੀ ਕਿਹਾ ਤੇ ਅਸੀਂ ਜਾ ਕੇ ਵੀ ਆਏ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਜੇ ਆਉਂਦੇ ਨੇ ਤਾਂ ਇੱਕ ਜਿਹਨੂੰ ਕਹਿੰਦੇ ਨੇ ਵੀ ਖਾਨਾ ਪੂਰਤੀ, ਇਹਨਾਂ ਦੇ ਕਹਿਣ ਮੁਤਾਬਕ ਕਰ ਜਾਂਦੇ ਨੇ। ਅਤੇ ਸੀਵਰੇਜ ਬਲੋਕ ਹੈ, ਗੰਦਾ ਪਾਣੀ ਹੈ, ਅਤੇ ਇਹ ਤੁਸੀਂ ਵੇਖ ਲਓ ਹਾਲ, ਇਹ ਹਾਲ ਹੈ ਜੀ ਆਵਾ ਬਸਤੀ, ਬਠਿੰਡੇ ਦੀ ਆਵਾ ਬਸਤੀ ਦਾ। ਆ ਘਰਾਂ ਦੇ ਵਿੱਚ ਗੰਦਾ ਪਾਣੀ ਜਾ ਰਿਹਾ ਜੀ, ਬੁਰੇ ਹਾਲ ਹੈ। ਆ ਲਓ ਹੁਣ ਤਾਂ ਗੰਦ ਵੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਪਾਣੀ ਦੇ ਨਾਲ ਨਾਲ। ਹੁਣ ਇਹ ਹਾਲ ਹੈ ਜੀ ਮੇਰੇ ਸ਼ਹਿਰ ਦੀ ਆਵਾ ਬਸਤੀ ਦਾ। ਵੈਸੇ ਅਸੀਂ ਸਵੱਛਤਾ ਦੇ ਮਾਮਲੇ ਦੇ ਵਿੱਚ ਪੰਜਾਬ 'ਚੋਂ ਨੰਬਰ 1 'ਤੇ ਆਏ ਹਾਂ। ਪੰਜਾਬ 'ਚ ਨੰਬਰ 1 'ਤੇ ਆਏ ਹਾਂ ਅਤੇ ਇਹ ਹਾਲ ਹੈ, ਕੀ ਪੈਰਾਮੀਟਰ ਸੀ ਇਹ ਨਹੀਂ ਆਪਾਂ ਨੂੰ ਪਤਾ, ਪਰ ਆਹ ਹਾਲ ਹੈ ਮੇਰੇ ਸ਼ਹਿਰ ਦਾ। ਗੰਦਗੀ ਹੈ, ਗੰਦਗੀ ਜਿਹੜੀ ਹੈ ਉਹ ਤੁਸੀਂ ਦੇਖੋ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ, ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਲੋਕ ਬਿਮਾਰ ਹੁੰਦੇ ਨੇ, ਆਵਾਰਾ ਪਸ਼ੂ ਨੇ, ਆਵਾਰਾ ਪਸ਼ੂ ਉਸ ਗੰਦਗੀ ਦੇ ਵਿੱਚ ਮੂੰਹ ਮਾਰਦੇ ਨੇ, ਉੱਥੇ ਐਕਸੀਡੈਂਟ ਹੁੰਦੇ ਨੇ। ਇਹ ਹਾਲ ਹੈ ਜੀ ਮੇਰੇ ਸ਼ਹਿਰ ਦਾ। ਅੱਜ ਜਿਹੜਾ ਤੁਹਾਨੂੰ ਅਸੀਂ ਹਾਲ ਦਿਖਾਇਆ, ਬੜਾ ਥੋੜ੍ਹਾ ਜਿਹਾ ਮੈਨੂੰ ਲੱਗਦਾ 200 ਜਿਹੜਾ ਆ ਫੁੱਟ ਦਾ ਹਾਲ ਮੈਂ ਤੁਹਾਨੂੰ ਦਿਖਾਇਆ, ਉਹਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਕਿੱਡਾ ਬੁਰਾ ਹਾਲ ਹੈ। ਬਾਕੀ ਇਹ ਹੈ ਵੀ ਤੁਹਾਨੂੰ ਸ਼ਹਿਰ ਦਾ ਮੈਂ ਹੋਰ ਵੀ ਹਾਲ ਦਿਖਾਉਂਦਾ ਰਹਿਣਾ, ਕਿੱਥੇ ਕਿੱਥੇ ਕੀ ਹੋ ਰਿਹਾ। ਇਕੱਲਾ ਗੰਦਗੀ ਨਹੀਂ, ਉਹਦੇ ਵਿੱਚ ਤੁਹਾਨੂੰ ਸ਼ਹਿਰ ਦੀਆਂ ਖਬਰਾਂ ਵੀ ਦਿਖਾਉਂਦੇ ਹਾਂ, ਕਿਤੇ ਕਿਤੇ ਜਿਹੜੇ ਹੋਰ ਐਂਟਰਟੇਨਮੈਂਟ ਦੇ ਪ੍ਰੋਗਰਾਮ ਹੁੰਦੇ ਆ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹਾਲ ਹੈ ਹਨਾ ਮੇਰੇ ਸ਼ਹਿਰ ਦਾ। ਅੱਜ ਦੇ ਲਈ ਇੰਨਾ ਹੀ। ਕੈਮਰਾਮੈਨ ਯਸ਼ਪਾਲ ਅਤੇ ਮੈਨੂੰ ਸ਼ਮਿੰਦਰ ਸਿੰਘ ਵਿੱਕੀ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਕੀ ਹਾਲ ਹੈ ਮੇਰੇ ਸ਼ਹਿਰ ਦਾ। ਪਰ ਇੱਕ ਹੋਰ ਗੱਲ ਲਾਸਟ ਦੇ ਵਿੱਚ, ਇਹਦਾ ਜਿਹੜਾ ਅਸੀਂ ਪੇਜ ਬਣਾਇਆ ਹੋਇਆ ਫੇਸਬੁੱਕ 'ਤੇ ਕੀ ਹਾਲ ਹੈ ਮੇਰੇ ਸ਼ਹਿਰ ਦਾ, ਕਾਇੰਡਲੀ ਉਹਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਸੋਸ਼ਲ ਮੀਡੀਆ ਰਾਹੀਂ ਇਹ ਜਿਹੜਾ ਆ ਇਹ ਪਹੁੰਚੇ ਸੰਬੰਧਿਤ ਲੋਕਾਂ ਤੱਕ, ਤਾਂ ਜੋ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਜੋ ਅਸੀਂ ਇੱਥੋਂ ਦੀ ਸਫਾਈ ਕਰਵਾਉਣਾ ਚਾਹੁੰਦੇ ਹਾਂ ਉਹ ਹੋ ਸਕੇ। ਧੰਨਵਾਦ ਤੁਹਾਡਾ।